ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਦੋ ਤਿੰਨ ਬੜੇ ਅਹਿਮ ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਔਰ ਗਠਬੰਧਨ ਪੰਜਾਬ ਡੈਮੋਕਰੇਟਿਕ ਅਲਾਇੰਸ ਉਮੀਦਵਾਰ ਐਲਾਨ ਦਿੱਤੇ ਗਏ ਨੇ। ਫਿਰੋਜ਼ਪੁਰ ਦੀ ਸੀਟ CPI ਲਈ ਛੱਡ ਦਿੱਤੀ ਗਈ ਹੈ, ਭਾਵ CPI ਵੀ ਗਠਬੰਧਨ ਦਾ ਹਿੱਸਾ ਬਣਨ ਜਾ ਰਹੀ ਹੈ। ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ, ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ। ਨੀਚੇ ਪੱਟੀ ਦੇ ਵਿੱਚ ਸਾਰੇ ਉਮੀਦਵਾਰਾਂ ਦੇ ਨਾਮ ਨੇ। ਸੋ ਸੁਖਪਾਲ ਖਹਿਰਾ ਦੇ ਧੜੇ ਨੇ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਬਸਪਾ ਨਾਲ ਮਿਲ ਕੇ। ਡਾਕਟਰ ਧਰਮਵੀਰ ਗਾਂਧੀ ਨੇ ਆਪਣੀ ਪਾਰਟੀ ਵੱਲੋਂ ਪਟਿਆਲਾ ਤੋਂ ਚੋਣ ਲੜਨੀ ਹੈ, ਤੈਅ ਹੋ ਗਿਆ। ਸੁਖਪਾਲ ਖਹਿਰਾ ਬਠਿੰਡਾ ਤੋਂ ਚੋਣ ਲੜਨਗੇ, ਤੈਅ ਹੋ ਗਿਆ। ਮਾਸਟਰ ਬਲਦੇਵ ਫਰੀਦਕੋਟ ਤੋਂ ਚੋਣ ਲੜਨਗੇ, ਐਲਾਨ ਹੋ ਗਿਆ। ਲਗਭਗ ਸਥਿਤੀ ਪੰਜਾਬੀ ਏਕਤਾ ਪਾਰਟੀ ਦੀ ਸਾਫ਼ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ 5 ਉਮੀਦਵਾਰ ਐਲਾਨੇ ਸੀ, ਹਾਲੇ ਤੱਕ ਉਹਨਾਂ ਦਾ ਟਕਸਾਲੀਆਂ ਨਾਲ ਗਠਬੰਧਨ ਖਤਰੇ 'ਚ ਹੈ। ਟਕਸਾਲੀਆਂ ਦਾ ਸਟੈਂਡ ਹੈ ਕਿ ਅਨੰਦਪੁਰ ਸਾਹਿਬ ਦੀ ਸੀਟ ਛੱਡੋ, ਆਪ ਵਾਲਿਆਂ ਦਾ ਉਮੀਦਵਾਰ ਉੱਥੇ ਚੋਣ ਪ੍ਰਚਾਰ ਕਰ ਰਿਹਾ। ਹੋ ਸਕਦਾ ਸਮਝੌਤਾ ਹੋ ਜੇ ਅਤੇ ਆਪ ਵਾਲੇ ਅਨੰਦਪੁਰ ਸਾਹਿਬ ਦੀ ਸੀਟ ਛੱਡ ਦੇਣ ਤਾਂ ਸਮਝੌਤਾ ਹੋਊਗਾ। ਬਾਕੀ ਸਥਿਤੀਆਂ ਲਗਭਗ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਪੰਜਾਬੀ ਏਕਤਾ ਪਾਰਟੀ ਦੀਆਂ। ਅਕਾਲੀ ਦਲ ਕਾਂਗਰਸ ਨੇ ਸੁਨੀਲ ਜਾਖੜ ਦੇ ਨਾਂ 'ਤੇ ਮੋਹਰ ਲਾਈ ਹੈ। ਸਿਟਿੰਗ MP ਵੀ ਉਹਨਾਂ ਦੇ 4 ਨੇ ਜਿਹੜੇ ਉਹ ਲਗਭਗ ਟਿਕਟ ਲੈ ਜਾਣਗੇ। ਗੁਰਜੀਤ ਔਜਲਾ ਜਾਖੜ ਸਾਹਿਬ, ਰਵਨੀਤ ਬਿੱਟੂ ਔਰ ਇਹਨਾਂ ਦੇ 4 ਸਿਟਿੰਗ MP ਹੈ ਜਿਹੜੇ ਕੁੱਲ, ਉਹ ਟਿਕਟ ਲੈ ਜਾਣਗੇ। ਪਰ ਬਾਕੀ ਸੀਟਾਂ 'ਤੇ ਕਾਂਗਰਸ ਨੂੰ ਵੀ ਉਮੀਦਵਾਰਾਂ ਦੀ ਤਲਾਸ਼ ਹੈ। ਅੱਗੇ ਵੱਧਦਿਆਂ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਚਾਹੁੰਦੀ ਹੈ ਅੰਮ੍ਰਿਤਸਰ ਤੋਂ ਲੜਾਈਏ, ਪਰ ਰਾਹੁਲ ਗਾਂਧੀ ਦੇ ਰਣਨੀਤੀਕਾਰ ਡਾਕਟਰ ਮਨਮੋਹਨ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੇ ਸੁਝਾਅ ਵੀ ਦੇ ਰਹੇ ਨੇ। ਸੋ ਇਹ ਬਹੁਤ ਵੱਡੀ ਗੱਲ ਹੋ ਗਈ ਜੇ ਰਾਹੁਲ ਗਾਂਧੀ ਡਾਕਟਰ ਮਨਮੋਹਨ ਸਿੰਘ ਨੂੰ ਬਠਿੰਡਾ ਤੋਂ ਉਤਾਰਨਗੇ। ਰਾਹੁਲ ਗਾਂਧੀ 1-1 ਸੀਟ ਜਿੱਤਣਾ ਚਾਹੁੰਦੇ ਨੇ ਔਰ ਬਠਿੰਡੇ 'ਚ ਕਾਂਗਰਸ ਕੋਲ ਉਮੀਦਵਾਰ ਨਹੀਂ ਹੈ ਔਰ ਡਾਕਟਰ ਮਨਮੋਹਨ ਸਿੰਘ ਨਾਲੋਂ ਵੱਡਾ ਉਮੀਦਵਾਰ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਜੇ ਮਨਮੋਹਨ ਸਿੰਘ ਬਠਿੰਡੇ ਆਏ ਤਾਂ ਕੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਤਬਦੀਲ ਹੋਣਾ ਪਊਗਾ? ਸਮੀਕਰਨ ਅਕਾਲੀ ਦਲ ਦੇ ਵਿੱਚ ਬਹੁਤ ਗੁੰਝਲਦਾਰ ਨੇ। ਅਕਾਲੀ ਦਲ ਨੂੰ ਵੀ ਬਹੁਤ ਸੀਟਾਂ ਤੋਂ ਉਮੀਦਵਾਰ ਨਹੀਂ ਮਿਲ ਰਹੇ। ਸੁਖਪਾਲ ਖਹਿਰਾ ਦੀ ਪਾਰਟੀ ਨੇ ਬੈਂਸ ਨੂੰ ਲੋਕ ਇਨਸਾਫ਼ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ। ਸੋ ਗਠਬੰਧਨ ਸੁਖਪਾਲ ਖਹਿਰਾ ਦਾ ਟਿਕਟ ਅਨਾਊਂਸ ਕਰਨ ਦੇ ਮਾਮਲੇ 'ਚ ਸਾਰੀਆਂ ਧਿਰਾਂ ਨੂੰ ਪਛਾੜ ਕੇ ਨੰਬਰ 1 'ਤੇ ਹੈ, ਨੰਬਰ 2 'ਤੇ ਕਾਂਗਰਸ ਹੈ, ਨੰਬਰ 3 'ਤੇ ਅਸੀਂ ਮੰਨ ਲਈਏ ਆਪ ਜਾਂ ਕਾਂਗਰਸ ਹੈ। ਇਹਦੇ ਨਾਲ ਨਾਲ ਸਿੱਟ ਵੱਲੋਂ ਉਮਰਾ ਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਨੇ ਉਮਰਾ ਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ, ਭਾਵ ਉਮਰਾ ਨੰਗਲ ਨੂੰ ਜ਼ਮਾਨਤ ਮਿਲਣ ਵਾਲੀ ਹੈ। ਔਰ ਜੇ ਉਮਰਾ ਨੰਗਲ ਨੂੰ ਜ਼ਮਾਨਤ ਮਿਲ ਗਈ ਹੈ, ਪਹਿਲਾਂ ਹਾਈਕੋਰਟ ਤੋਂ ਬਲੈਂਕਟ ਬੇਲ ਮਿਲੀ ਹੈ, ਇਹਦਾ ਮਤਲਬ ਹੈ ਕਿ ਸਿੱਟ ਦੀ ਕੇਸ ਦੀ ਬਣਤਰ 'ਚ ਕੋਈ ਤਰੁੱਟੀ ਰਹੀ। ਉਮਰਾ ਨੰਗਲ ਦੇ ਵਕੀਲ ਅਦਾਲਤ ਨੂੰ ਸਮਝਾਉਣ ਵਿੱਚ ਕਾਮਯਾਬ ਰਹੇ ਕਿ ਜ਼ਮਾਨਤ ਜ਼ਰੂਰੀ ਹੈ। ਸੋ ਸਿੱਟ ਜੇ ਹੁਣ ਕਿਸੇ ਹੋਰ ਕੇਸ 'ਚ ਉਮਰਾ ਨੰਗਲ ਨੂੰ ਗ੍ਰਿਫਤਾਰ ਕਰਨਾ ਚਾਹੇਗੀ ਤਾਂ 7 ਦਿਨ ਦਾ ਨੋਟਿਸ ਦੇਣਾ ਪਏਗਾ। ਸਿੱਟ ਚਰਨਜੀਤ ਸ਼ਰਮਾ ਔਰ ਉਮਰਾ ਨੰਗਲ ਦੀ ਗ੍ਰਿਫਤਾਰੀ ਤੋਂ ਅੱਗੇ ਨਹੀਂ ਵੱਧ ਸਕੀ। ਸਿੱਟ ਨਵੇਂ ਸਿਰੇ ਤੋਂ ਸਿਆਸੀ ਮੁੱਦਾ ਬਣਦੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਅਕਾਲੀ ਲੀਡਰਾਂ ਦੇ ਨਾਲ ਔਰ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਸਿੱਟ ਦੀ ਵਰਤੋਂ ਰਾਜਨੀਤਿਕ ਤੌਰ 'ਤੇ ਹੋ ਰਹੀ ਹੈ। ਇਹ ਅੱਜ ਦੇ ਸਾਰੇ ਮੁੱਖ ਪੁਆਇੰਟ ਨੇ ਜਿਨ੍ਹਾਂ 'ਤੇ ਗੱਲ ਕਰਾਂਗੇ। ਪਹਿਲਾਂ ਪੋਲੀਟੀਕਲ ਰਿਐਕਸ਼ਨ। ਜਿਹੜਾ ਅੱਜ ਦੀ ਡਿਵੈਲਪਮੈਂਟ ਖੁਸ਼ੀ ਵਾਲੀ ਆ, ਜਿਹੜੀ ਸਵਾਗਤ ਕਰਨ ਵਾਲੀ ਗੱਲ ਹੈ ਕਿ ਅੱਜ ਸਾਡੇ ਨਾਲ 2 ਪੰਜਾਬ ਦੀਆਂ ਵੱਡੀਆਂ ਧਿਰਾਂ ਹੋਰ ਰਲੀਆਂ ਨੇ, ਜਿਨ੍ਹਾਂ ਦੀ ਪੰਜਾਬ ਪੱਖੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਇਸ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ
ਹਿੱਸਾ ਬਣਾਇਆ ਬਣਾਉਣ ਜਾ ਰਹੇ ਹਾਂ, ਬਣਾਇਆ ਹੈ। ਉਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਕਮਿਊਨਿਸਟ ਪਾਰਟੀ ਆਫ ਇੰਡੀਆ CPI ਔਰ ਇਸੇ ਤਰ੍ਹਾਂ ਹੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ RMPI। ਅੱਜ ਇਹਨਾਂ ਦੋਵਾਂ ਪਾਰਟੀਆਂ ਨੂੰ ਵੀ ਅਸੀਂ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਿਲ ਕੀਤਾ ਵਾ। ਔਰ ਇੱਕ ਉਹ ਗੱਪੀ ਸਿੱਧੂ ਛੱਡਿਆ ਹੋਇਆ ਕੈਪਟਨ ਸਾਹਿਬ ਦੇ ਪਿੱਛੇ, ਉਹਨੇ ਸਰੇਆਮ ਕਹਿ ਦਿੱਤਾ ਕਿ ਰਾਹੁਲ ਗਾਂਧੀ ਜੀ ਔਰ ਪ੍ਰਿਯੰਕਾ ਗਾਂਧੀ ਜੀ ਉਹਨੂੰ ਸ਼ਹਿ ਦਿੰਦੇ ਨੇ ਕੈਪਟਨ ਸਾਹਿਬ ਦੇ ਖਿਲਾਫ਼। ਉਹਨੇ ਸਰੇਆਮ ਕਹਿ ਦਿੱਤਾ ਸੀ ਸਿੱਧੂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਮੰਨਦਾ ਨਹੀਂ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਔਰ ਸਮੇਂ ਸਮੇਂ ਤੇ ਕੈਪਟਨ ਸਾਹਿਬ ਦੇ ਵਿਰੁੱਧ ਚੱਲਦਾ ਔਰ ਕੈਪਟਨ ਸਾਹਿਬ ਨੂੰ ਫਟਕਾਰ ਵੀ ਲਾਉਂਦੇ ਨੇ, ਪਰ ਉਹ ਤੇ ਅਸਰ ਕੋਈ ਨਹੀਂ। ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਣੀ ਲੀਡਰਸ਼ਿਪ ਤੇ ਭਰੋਸਾ ਨਹੀਂ ਰਿਹਾ। ਉਹ ਵੀ ਕਿੱਥੇ ਨਾ ਕਿੱਥੇ ਮਹਿਸੂਸ ਕਰਦੇ ਕਿ ਅਸੀਂ ਲੋਕਾਂ ਨਾਲ ਚੀਟ ਕੀਤਾ, ਲੋਕਾਂ ਨੂੰ ਠੱਗਿਆ, ਲੋਕਾਂ ਨਾਲ ਫਰੇਪ ਕੀਤਾ। ਇਸ ਲਈ ਡਾਕਟਰ ਮਨਮੋਹਨ ਸਿੰਘ ਜੀ ਨੂੰ ਲੈ ਕੇ ਆਓ, ਸਾਡੇ ਨਾਂ ਤੇ ਵੋਟਾਂ ਨਹੀਂ ਪੈਣੀਆਂ, ਇਹ ਸਪਸ਼ਟ ਹੈ। ਪੰਜਾਬ ਡੈਮੋਕਰੈਟਿਕ ਅਲਾਇੰਸ ਪੰਜਾਬ ਦੀਆਂ 13 ਦੀਆਂ 13 ਸੀਟਾਂ ਪਰ ਕੈਂਡੀਡੇਟ ਉਹ ਹੋਣਗੇ ਜਿਨ੍ਹਾਂ ਦੇ ਉੱਤੇ ਇੱਕ ਵੀ ਕੋਈ ਦਾਗ ਧੱਬਾ ਨਹੀਂ ਹੋਏਗਾ, ਜਿਹੜੇ ਰਵਾਇਤੀ ਪੋਲਿਟਿਕਸ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ। ਸੋ ਇਹਨਾਂ ਸਾਰੇ ਸਵਾਲਾਂ ਦੇ ਉੱਤੇ ਗੱਲ ਕਰਾਂਗੇ, ਸਾਰੇ ਰਿਐਕਸ਼ਨਸ 'ਤੇ ਗੱਲ ਅੱਗੇ ਵਧਾਵਾਂਗੇ। ਸਟੂਡੀਓ 'ਚ ਸਾਰੀਆਂ ਧਿਰਾਂ ਮੌਜੂਦ ਨੇ। ਮੇਰੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਸੀਨੀਅਰ ਐਡਵੋਕੇਟ ਇਕਬਾਲ ਸਿੰਘ ਗਿੱਲ ਸਾਹਿਬ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਔਰ ਮੇਰੇ ਨਾਲ ਮੌਜੂਦ ਨੇ ਵਰੁਣ ਮਹਿਤਾ ਜੀ, ਜਿਹੜੇ ਸ਼੍ਰੀ ਹਿੰਦੂ ਤਖ਼ਤ ਦੇ ਮੁੱਖ ਪ੍ਰਚਾਰਕ ਨੇ ਔਰ ਇਹਨਾਂ ਦਾ ਸਮਰਥਨ ਹੈ ਕਾਂਗਰਸ ਨੂੰ। ਤੁਹਾਡਾ ਸਵਾਗਤ ਹੈ ਜੀ। ਪੰਜਾਬ ਏਕਤਾ ਪਾਰਟੀ ਦੇ ਸੀਨੀਅਰ ਆਗੂ ਨੇ ਖਜਾਨ ਸਿੰਘ ਮਠਾੜੂ ਸਾਹਿਬ, ਸਵਾਗਤ ਹੈ। ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਰਤ ਭੂਸ਼ਣ ਕੌਸ਼ਿਕ ਸਾਹਿਬ, ਨੌਰਥ ਈਸਟ ਸੈੱਲ ਜ਼ਿਲ੍ਹਾ ਲੁਧਿਆਣਾ ਦੇ ਇਹ ਆਗੂ ਨੇ, ਤੁਹਾਡਾ ਵੀ ਸਵਾਗਤ ਹੈ ਜੀ। ਨਮਸਕਾਰ। ਗਿੱਲ ਸਾਹਿਬ, ਬਿਕਰਮ ਮਜੀਠੀਆ ਰੈਲੀਆਂ ਕਰ ਰਹੇ ਨੇ, ਰੈਲੀਆਂ 'ਚ ਅੱਜ ਸਰਦੀ ਕੇਂਦਰ ਲੁਧਿਆਣਾ 'ਚ ਰੈਲੀ ਕੀਤੀ, ਮੀਂਹ ਪੈ ਗਿਆ, ਚਲੋ ਖੁੱਲ੍ਹੀ ਨਹੀਂ ਕੀਤੀ, ਕਿਸੇ ਹਾਲ 'ਚ ਕੀਤੀ। ਬਿਕਰਮ ਮਜੀਠੀਆ ਬੜਾ ਉਤਸ਼ਾਹਿਤ ਹੈ, ਸਿੱਟ ਤੇ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਮੁੱਖ ਰੂਪ 'ਚ। ਉਮਰਾ ਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਇਹਦਾ ਮਤਲਬ ਕੀ ਦੇਖਿਆ ਜਾਵੇ? ਉਮਰਾ ਨੰਗਲ ਦੀ ਜਿਹੜੀ ਜ਼ਮਾਨਤ ਅਰਜ਼ੀ ਮਨਜ਼ੂਰ ਹੋਈ ਹੈ, ਇਹ ਉਮਰਾ ਨੰਗਲ ਦੀ ਜਿੱਤ ਹੈ, ਸਿੱਟ ਦੀ ਹਾਰ ਹੈ, ਜਾਂ ਇਸ ਇੱਕ ਰੁਟੀਨ ਦੀ ਪ੍ਰਕਿਰਿਆ, ਅਦਾਲਤੀ ਪ੍ਰਕਿਰਿਆ, ਇਹਦੇ ਨਾਲ ਕੋਈ ਬਹੁਤਾ ਅਸੀਂ ਪ੍ਰਭਾਵ ਨਾ ਮੰਨੀਏ ਕੇਸ 'ਤੇ? ਦੇਖੋ ਜੀ, ਗੱਲ ਇਹ ਹੈ ਵੀ ਜਿਹੜਾ ਕੇਸ ਉਹਨੂੰ ਲੀਗਲ ਤੌਰ 'ਤੇ ਮੰਨਿਆ ਜਾਂਦਾ ਮਜ਼ਬੂਤ, ਜਿਹਦੇ ਵਿੱਚ ਜਿਸ ਮੁਲਜ਼ਮ ਨੂੰ ਫੜ ਲਿਆ ਜਾਵੇ ਉਹਦੀ ਅਨਟਲ ਆਰਡਰ ਨਹੀਂ ਹੁੰਦੇ, ਉਹਨਾਂ ਚਿਰ ਤੱਕ ਜ਼ਮਾਨਤ ਨਾ ਹੋਵੇ, ਉਸ ਕੇਸ ਨੂੰ ਇਹ ਮੰਨਿਆ ਜਾਂਦਾ ਵੀ ਇਹ ਬਹੁਤ ਜ਼ਿਆਦਾ ਮਜ਼ਬੂਤ ਹੈ। ਅਤੇ ਜਿਹਦੇ ਵਿੱਚ ਜ਼ਮਾਨਤ ਹੋ ਜਾਂਦੀ, ਜਿਹੜਾ ਕਮਜ਼ੋਰ ਕੇਸ ਹੁੰਦਾ ਉਹਦੇ ਜ਼ਮਾਨਤ ਬੜੀ ਸੌਖੀ ਹੋ ਜਾਂਦੀ ਹੈ। ਜਿਹਦੇ 'ਚ ਜ਼ਮਾਨਤ ਹੋ ਜਾਵੇ ਇਹਦਾ ਰੈਸੀਪ੍ਰੋਕਲ ਹੈ ਕਿ ਜਿਹਦੇ 'ਚ ਜ਼ਮਾਨਤ ਹੋ ਜਾਵੇ ਸਮਝੋ ਵੀ ਉਹਦੇ ਵਿੱਚ ਕੋਈ ਨਾ ਕੋਈ ਉਹਦਾ ਬੜੀ ਦਲੀਲ ਉਹਨਾਂ ਨੇ, ਕਿਉਂਕਿ ਜਿੰਨਾ ਆਰਡਰ ਜੱਜ ਸਾਹਿਬ ਨੇ ਆਰਡਰ ਕਰਨੇ ਆ ਜ਼ਮਾਨਤ ਦੇ, ਉਹਨਾਂ ਨੇ ਲਿਖਣਾ ਕਿ ਮੈਂ ਕਿੰਨਾ ਗਰਾਊਂਡ, ਕਿਉਂਕਿ ਗਰਾਊਂਡ ਵੀ ਦੇਣੇ ਪੈਂਦੇ ਨੇ। ਇਸ ਲਈ ਇਹ ਜਿਹੜੀ ਹੈਗੀ ਇਹਨੂੰ ਇਹ ਸਿੱਟ ਨੂੰ ਬਹੁਤ ਵੱਡਾ, ਇਹਦਾ ਜਿਹੜਾ ਹੈਗਾ ਬਹੁਤ ਵੱਡਾ, ਇਹਦਾ ਸਿੱਟ ਨੂੰ ਘੱਟ ਹੈਗਾ। ਨੰਬਰ 2 'ਤੇ ਸੈੱਟਬੈਕ ਮੰਨਿਆ ਜਾਵੇ, ਸਿੱਟ ਨੂੰ ਸੈੱਟਬੈਕ। ਉਸ ਤੋਂ ਵੈਸੇ ਵੀ ਜਿਵੇਂ ਸਾਡੀ ਪਾਰਟੀ ਕਹਿ ਰਹੀ ਆ ਔਰ ਕੱਲੀ ਕੱਲੀ ਪਾਰਟੀ ਕਹਿ ਰਹੀ ਹੈ, ਇਸ ਹੈ ਵੀ ਅਸਲੀਅਤ ਹੈ ਕਿ ਇਹ ਜੋ ਸਿੱਟ ਹੈ, ਸਿੱਟ ਦੇ ਜਿਹੜੇ ਅਫਸਰ ਨੇ ਉਹ ਬਹੁਤ ਜ਼ਿਆਦਾ ਇਮਾਨਦਾਰ ਗਿਣੇ ਜਾਂਦੇ ਸੀ ਪੰਜਾਬ 'ਚ। ਨਹੀਂ ਚਲੋ, ਉਹ ਤਾਂ ਹੈਗੇ ਹੀ ਨਹੀਂ ਇਮਾਨਦਾਰ, ਪਰ ਇਮਾਨਦਾਰੀ ਹੋਰ ਚੀਜ਼ ਆ, ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਆ ਕੇ ਸਿਆਸਤੀ ਕੰਮ ਕਰਨੇ, ਉਹ ਗੱਲ ਇੱਕ ਵੱਖਰੀ ਗੱਲ ਹੈ। ਇਹ ਸਿੱਟ ਨੇ ਜਿਹੜਾ ਹੈਗਾ ਪੋਲੀਟੀਕਲਾਈਜ਼ ਕਰਤਾ ਹੈ ਸਾਰੇ ਕੰਮ ਨੂੰ, ਜਿਹੜਾ ਜੋ ਕੁਛ ਵੀ ਹੁਣ ਤੱਕ ਕੀਤਾ। ਦੇਖੋ ਗੱਲ ਬੜੀ ਸਿੰਪਲ ਹੈ, ਇੱਕ ਨੁਮਾਇੰਦਾ ਚੁਣਦੇ ਆ ਲੋਕ ਆਪਦੇ ਹਲਕੇ ਦਾ, ਉਹ ਪਾਰਲੀਮੈਂਟ ਮੈਂਬਰ ਹੋਵੇ ਜਾਂ ਅਸੈਂਬਲੀ ਮੈਂਬਰ ਹੋਵੇ, ਉਹਦਾ ਮਤਲਬ ਹੁੰਦਾ ਇੱਕ ਵੀ ਲੋਕਾਂ ਦੇ ਇੰਟਰਸਟ, ਲੋਕਾਂ ਦੇ ਦੁੱਖ ਤਕਲੀਫਾਂ ਅਤੇ ਲੋਕਾਂ ਦਾ ਜੋ ਵੀ ਪ੍ਰੋਬਲਮ ਆ ਉਹਦਾ ਉਹਨੇ ਹੱਲ ਕਰਨਾ ਸੁਣ ਕੇ।
ਆਪਣੇ ਮਤਾਰ ਬਰਾੜ ਦਾ ਇਹ ਸਾਰੇ ਮਾਮਲੇ ਦੇ ਵਿੱਚ ਮਸਲਾ ਕੀ ਹੈ, ਉਹਨੂੰ ਕਿਉਂ ਮੁਲਜ਼ਮ ਬਣਾਇਆ ਗਿਆ? ਇਹ ਸਾਫ ਇਦੋਂ ਵੱਡੀ ਆਧਾਰ ਨੂੰ ਮਿਲ ਨਹੀਂ ਸਕਦੀ ਕਿ ਇਸ ਗੱਲ ਨੂੰ ਸਿਆਸੀ ਤੌਰ 'ਤੇ ਵਰਤਿਆ ਜਾ ਰਿਹਾ ਸਿੱਟ ਨੂੰ, ਕਿਉਂਕਿ 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 ਜਿਹੜੇ ਆਪਾਂ ਸੀ ਐਮ ਸਾਹਿਬ ਨੇ ਡਿਪਟੀ ਮੈਂ ਸ਼ਾਰਟਕੱਟ ਕਰਾਂ ਕਿ ਲੋਕ ਨੁਮਾਇੰਦਾ ਹੋਣ ਦੇ ਨਾਤੇ, ਉਸ ਇਲਾਕੇ ਦਾ ਐਮ ਐਲ ਏ ਹੋਣ ਦੇ ਨਾਤੇ, ਜਿਹੜਾ ਬਹਿਬਲ ਕਲਾਂ ਪਿੰਡ ਹੈ ਜਿੱਥੇ ਗੋਲੀ ਚੱਲੀ, ਉਸ ਇਲਾਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਉਹਨੂੰ ਤਾਂ ਸਾਰੀ ਰਾਤ ਉਹਨੂੰ ਗੌਰਮੈਂਟ ਨਾਲ ਇਨ ਟੱਚ ਰਹਿ ਕੇ ਸਾਰੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੰਟਰੋਲ ਕਰਨ ਦੀ ਕੋਸ਼ਿਸ਼ ਨੂੰ, ਇਸ ਗੱਲ ਨੂੰ ਬਣਾਇਆ ਗਿਆ ਇਹ ਕਿ ਇਹ ਜੁਰਮ ਕਰਦੇ ਸੀ ਦੀ ਤਿਆਰੀ 'ਚ ਸੀਗੇ, ਇੱਕ ਕਿੱਥੋਂ ਦਾ ਰਿਜ਼ਲਟ ਹੈ? ਸਾਰਾ ਸਿਆਸੀ ਗੱਲ ਆ। ਇਸ ਲਈ ਇਹ ਸਿੱਟ ਦਾ ਤੁਸੀਂ ਦੇਖਿਓ ਜਿੰਨੇ ਵੀ ਜਿਹੜੇ ਸਿੱਟ ਦੇ ਕੇਸ ਬਣਾਏ ਹੋਣਗੇ, ਇਹ ਮੂੰਹ ਦੇ ਮੂੰਹ ਡਿੱਗਣਗੇ, ਕਿਉਂਕਿ ਇਹ ਸਿਆਸੀ ਤੌਰ 'ਤੇ ਬਣੇ ਹੋਏ। ਚਲੋ ਮੈਂ ਵਰੁਣ ਜੀ ਤੁਹਾਡਾ ਰਿਐਕਸ਼ਨ ਲੈ ਲਾ, ਤੁਸੀਂ ਕਿਵੇਂ ਵੇਖਦੇ ਹੋ ਸਿੱਟ ਦੇ ਅਫਸਰ, ਉਹਨਾਂ ਦੀ ਇਮਾਨਦਾਰੀ 'ਤੇ ਕਿਸੇ ਨੂੰ ਸ਼ੱਕ ਨਹੀਂ, ਫੜੋ ਫੜੀ ਵੀ ਕੀਤੀ, ਪਹਿਲਾਂ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰੀ ਕੀਤੀ, ਅੱਧੀ ਰਾਤ ਨੂੰ ਛਾਪੇਮਾਰੀ ਕੀਤੀ ਤੜਕੇ ਜੇ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ, ਫਿਰ ਆਈ ਜੀ ਨੂੰ ਹੱਥ ਪਾਇਆ ਉਮਰਾਨੰਗਲ ਨੂੰ ਗ੍ਰਿਫਤਾਰ ਕਰ ਲਿਆ, ਹੁਣ ਅਚਾਨਕ ਹੀ ਉਮਰਾਨੰਗਲ ਦੀ ਜ਼ਮਾਨਤ ਹੋ ਗਈ, ਡੀ ਜੀ ਪੀ ਤੋਂ ਵੀ ਪੁੱਛਗਿੱਛ ਕੀਤੀ ਸਾਬਕਾ ਤੋਂ ਸੁਮੇਧ ਸੈਣੀ ਤੋਂ, ਹਾਲੇ ਤੱਕ ਤੁਹਾਡੀ ਨਜ਼ਰ 'ਚ ਸਿੱਟ ਕੋਈ ਖਾਸ ਕਾਮਯਾਬੀ ਦਿਖਾ ਸਕੀ ਗ੍ਰਿਫਤਾਰੀਆਂ ਤੋਂ ਇਲਾਵਾ? ਕਿਉਂਕਿ ਉਸ ਤੋਂ ਬਾਅਦ ਸਿੱਟ ਹੁਣ ਕੁਝ ਖਾਸ ਕਾਰਗੁਜ਼ਾਰੀ ਕਰਦੀ ਨਜ਼ਰ ਨਹੀਂ ਆ ਰਹੀ। ਦੱਲਾ ਜੀ ਦਬਾਅ ਹੈ ਸਿੱਟ ਤੇ, ਲੇਕਿਨ ਪੋਲੀਟੀਕਲ ਤੌਰ ਤੇ ਵੀ ਇਹ ਮੁੱਦਾ ਬਣ ਗਿਆ। ਨਹੀਂ ਨਹੀਂ ਦੱਲਾ ਜੀ, ਇੱਕ ਗੱਲ ਮੈਂ ਕਲੀਅਰ ਕਰਦਾ, ਦੇਖੋ ਸਿੱਟ ਨੇ ਜੇ ਇਨਵੈਸਟੀਗੇਸ਼ਨ ਨਾ ਕਰਦੀ ਤੇ ਤਾਂ ਮਾੜੀ ਸੀ, ਜੇ ਕਰਦੀ ਹੈ ਤੇ ਤਾਂ ਮਾੜੀ ਆ। ਜਿਹੜਾ ਪੰਜਾਬ ਇਮਤਿਹਾਨ ਉਹੀ ਚੰਗਾ ਮੰਨਿਆ ਜਾਊਗਾ ਨਾ ਜਿਹਦੇ 'ਚ ਤੁਹਾਡੇ ਨੰਬਰ ਵੀ ਚੰਗੇ ਆ। ਨਹੀਂ ਨਹੀਂ, ਇੱਕ ਇੱਕ ਮੇਰੀ ਗੱਲ ਸੁਣੋ, ਜਦੋਂ 2 ਸਾਲ ਲਗਾਤਾਰ ਹੋ ਗਏ, ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਭਾਵੇਂ ਸਿੱਟ ਨੇ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਜੋ ਇਨਵੈਸਟੀਗੇਸ਼ਨ ਦੇ ਦਰਮਿਆਨ ਜਿਹੜੇ ਪਹਿਲੂ ਸੀਗੇ ਜਿਨ੍ਹਾਂ 'ਤੇ ਬੜੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਸੀ, ਭਾਵੇਂ ਉਹ ਚਰਨਜੀਤ ਸ਼ਰਮਾ ਜੀ ਦੀ ਗੱਲ ਹੋਵੇ, ਭਾਵੇਂ ਉਮਰਾਨੰਗਲ ਸਾਹਿਬ ਦੀ ਗੱਲ ਹੋਵੇ, ਠੀਕ ਹੈ, ਜਿਨ੍ਹਾਂ ਜਿਨ੍ਹਾਂ ਦੀ ਗ੍ਰਿਫਤਾਰੀ ਦੀ ਲੋੜ ਸੀ ਡਿਪਾਰਟਮੈਂਟ ਨੇ ਉਹ ਵੀ ਕੀਤੀ, ਜੋ ਪਹਿਲੂ ਕੋਰਟ ਦੇ ਵਿੱਚ, ਕਿਉਂਕਿ ਜਦੋਂ ਸਿੱਟਾ ਰਿਪੋਰਟ ਆਉਣੀ ਹੈ ਮਾਨਯੋਗ ਹਾਈ ਕੋਰਟ 'ਚ ਉਹਨਾਂ ਨੇ ਸਬਮਿਟ ਕਰਨੀ ਹੈ ਰਿਪੋਰਟ, ਅੱਜ ਜਦੋਂ ਕਾਨੂੰਨ ਦੇ ਮੁਤਾਬਕ ਅਤੇ ਤੱਥਾਂ ਦੇ ਆਧਾਰ 'ਤੇ ਜਦੋਂ ਕੰਮ ਕੀਤਾ, ਜੇ ਚਰਨਜੀਤ ਸ਼ਰਮਾ ਜੀ ਦੀ ਬੇਲ ਅਜੇ ਤੱਕ ਨਹੀਂ ਹੋਈ, ਉਮਰਾਨੰਗਲ ਸਾਹਿਬ ਦੀ ਬੇਲ ਹੋ ਗਈ ਹੈ, ਠੀਕ ਹੈ, ਜੇ ਸਿੱਟ ਨਿਰਪੱਖਤਾ ਦੇ ਨਾਲ ਕੰਮ ਕਰ ਰਹੀ ਹੈ ਤਦੀ ਇਹ ਚੀਜ਼ਾਂ ਹੋਈਆਂ, ਜੇ ਸਰਕਾਰੀ ਅੰਡਰ ਪ੍ਰੈਸ਼ਰ ਹੁੰਦਾ ਤਾਂ ਪਤਾ ਨਹੀਂ, ਆਪਾਂ ਨੂੰ ਵੀ ਪਤਾ ਕਿ ਪਹਿਲੀਆਂ ਸਰਕਾਰਾਂ ਦੌਰਾਨ ਬੜਾ ਕੁਛ ਹੁੰਦਾ ਰਿਹਾ ਵਾ, ਠੀਕ ਹੈ ਜੀ, ਲੇਕਿਨ ਜੇ ਉਹਨਾਂ ਨੇ ਸਹੀ ਤੱਥਾਂ 'ਤੇ ਜੋ ਇਨਵੈਸਟੀਗੇਸ਼ਨ ਕਰਨੀ ਸੀ, ਜੋ ਰਿਪੋਰਟ ਬਣਨੀ ਸੀ, ਜਾਂ ਜੋ ਪੁੱਛਤਾਛ ਕਰਨੀ ਸੀਗੀ ਅੰਡਰ ਆਪਣਾ ਗ੍ਰਿਫਤਾਰੀ ਅਤੇ ਗ੍ਰਿਫਤਾਰੀ ਤੋਂ ਇਲਾਵਾ ਵੀ ਜਿਹੜੀ ਕਰਨੀ ਸੀ ਉਹ ਮੁਕੰਮਲ ਤੌਰ 'ਤੇ ਹੋਈ ਆ, ਕਿਤੇ ਨਾ ਕਿਤੇ ਤਾਂ ਕੋਰਟ ਨੇ ਵੀ ਇੱਕ ਦਿਨ ਤਾਂ ਬੇਲ ਦੇਣੀ ਹੈ ਨਾ, ਜਦੋਂ ਫੈਸਲਾ ਆਏਗਾ, ਸਿੱਟਾ ਰਿਪੋਰਟ ਆਏਗੀ, ਸਾਰੇ ਦੋਸ਼ੀਆਂ ਦੀ ਸੱਚਾਈ ਸਾਹਮਣੇ ਆਏਗੀ, ਉਹਨੂੰ ਥੋੜ੍ਹਾ ਵਕਤ ਤਾਂ ਲੱਗੇਗਾ ਹੀ ਨਾ। ਅੱਜ ਇਸ ਗੱਲ ਨੂੰ ਸਿਰਫ ਇਸ਼ੂ ਬਣਾ ਦਿਉ ਕਿ ਜੀ ਜੇ ਉਮਰਾਨੰਗਲ ਸਾਹਿਬ ਦੀ ਬੇਲ ਹੋ ਗਈ ਤਾਂ ਸਿੱਟ ਕਮਜ਼ੋਰ ਹੋ ਗਈ ਹੈ, ਇਹ ਬਿਲਕੁਲ ਗਲਤ ਗੱਲ ਹੈ। ਔਰ ਸਾਫ ਜੀ ਗੱਲ ਹੈ ਕਿ ਸ਼੍ਰੀ ਪ੍ਰਬੋਧ ਕੁਮਾਰ ਜੀ ਜੋ ਸਿੱਟ ਦੇ ਹੈੱਡ ਨੇ, ਔਰ ਸ਼੍ਰੀ ਕੁਵਰ ਵਿਜੇ ਪ੍ਰਤਾਪ, ਚਲੋ ਠੀਕ ਹੈ, ਸੈਕੰਡਲੀ ਕੋਈ ਵੀ ਬੰਦਾ ਇਹ ਕਵੇ ਕਿ ਅੰਡਰ ਪ੍ਰੈਸ਼ਰ ਹੋ ਕੇ, ਗੱਲ ਪਤਾ ਕੀ ਆ, ਉਹਨਾਂ ਅਫਸਰੋਂ ਮਸ਼ਹੂਰ ਨੇ ਕਿ ਉਹਨਾਂ ਨੇ ਕਦੇ ਵੀ ਕਿਸੇ ਸਰਕਾਰਾਂ ਦੇ ਜਾਂ ਪੋਲੀਟੀਕਲ ਪ੍ਰੈਸ਼ਰ 'ਚ ਨਹੀਂ ਆਏ, ਹਮੇਸ਼ਾ ਤੱਥਾਂ 'ਤੇ ਕੰਮ ਕੀਤਾ। ਔਰ ਅੱਜ ਜਿਹੜੇ ਲੋਕ ਇਹ ਗੱਲ ਨੂੰ ਦੇਖਦੇ ਪਏ ਆ ਨਾ ਕਿ ਕਿਤੇ ਨਾ ਕਿਤੇ ਐਲੀਗੇਸ਼ਨ ਲਾਉਂਦੇ ਆ, ਕੁਝ ਸਮਾਂ ਰੁਕ ਜਾਓ, ਜਦੋਂ ਸੱਚਾਈ ਇੱਕ ਪਰਦੇ ਦੇ ਉੱਤੇ ਪੂਰੀ ਉਲੀਕੀ ਜਾਏਗੀ, ਮਾਨਯੋਗ ਹਾਈਕੋਰਟ ਦੇ ਸਾਹਮਣੇ ਸਾਰੀ ਰਿਪੋਰਟ ਸਬਮਿਟ ਕੀਤੀ ਜਾਏਗੀ, ਉਸ ਦਿਨ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ। ਚਲੋ ਉਹ ਦਿਨ ਦਾ ਇੰਤਜ਼ਾਰ ਰਹੂਗਾ, 3 ਸਾਲ ਤਾਂ ਲੰਘੇ, ਇਹੀ ਆਧਾਰ ਬਣਾਇਆ ਅਦਾਲਤ ਦੇ ਵਿੱਚ ਉਮਰਾਨੰਗਲ ਦੇ ਵਕੀਲਾਂ ਨੇ। ਦੇਖੋ ਪਹਿਲਾਂ 1 ਸਾਲ ਸਰਕਾਰ ਦੇ ਮਠਾਣੂ ਸਾਹਿਬ, ਤੁਹਾਡੀ ਟਿੱਪਣੀ ਸਿੱਟ ਦੀ ਕਾਰਗੁਜ਼ਾਰੀ ਤੇ, ਹੁਣ ਤੱਕ ਦੀ ਸਿੱਟ ਦੀ ਕਾਰਗੁਜ਼ਾਰੀ ਤੋਂ
ਪੰਜਾਬ ਏਕਤਾ ਪਾਰਟੀ ਸੰਤੁਸ਼ਟ ਹੈ? ਸੰਤੁਸ਼ਟ ਹੋ ਡੱਲਾ ਸਾਹਿਬ? ਇਸ ਤਰ੍ਹਾਂ ਵੀ ਸੰਤੁਸ਼ਟੀ ਵਾਲੀ ਗੱਲ ਅਜੇ ਸਿੱਟਾ ਜਦੋਂ ਨਿਕਲਦਾ, ਜਦੋਂ ਅਜੇ ਚੱਲਣਾ ਹੈ, ਇਹ ਕੇਸ ਬੰਦ ਨਹੀਂ ਹੋਇਆ, ਜਮਾਨਤ ਹੋਈ, ਜਮਾਨਤਾਂ ਹੁੰਦੀਆਂ ਨੇ, ਕੇਸ ਚੱਲਦੇ ਰਹਿੰਦੇ ਆ, ਕੇਸ ਕਮਜ਼ੋਰ ਹੁੰਦਾ ਜਾਂ ਕੀ ਹੁੰਦਾ ਕਿ ਜਿਹੜੀ ਸਿੱਟ ਜਿਹੜੀ ਜੋ ਕਰ ਰਹੀ ਆ, ਸਾਨੂੰ ਮੈਂ ਤਾਂ ਸਮਝਦਾ ਵੀ ਉਹ ਆਪਣੀ ਕੰਮ ਆਪਣੀ ਕਾਰਵਾਈ ਇਮਾਨਦਾਰੀ ਨਾਲ ਕਰ ਰਹੀ ਆ ਜੀ। ਅਤੇ ਪਰ ਇਹ ਮਸਲਾ ਜੋ ਪੋਲੀਟੀਸਾਈਜ਼ ਹੁੰਦਾ ਨਾ, ਉਦੋਂ ਪ੍ਰੈਸ਼ਰ ਤਾਂ ਪੈਂਦਾ ਹੈ, ਜੁਡੀਸ਼ਰੀ 'ਤੇ ਵੀ ਪੈਂਦਾ ਹੈ ਅਤੇ ਸਿੱਟ 'ਤੇ ਵੀ ਪੈਂਦਾ, ਆਖਿਰਕਾਰ ਤਾਂ ਉਹ ਵੀ ਸਿੱਟ ਦੇ ਮੁਲਾਜ਼ਮ ਹੀ ਹੈ ਨਾ, ਉਹ ਵੀ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਸਾਨੂੰ ਉਮੀਦ ਆ ਵੀ ਉਹ ਜਿਹੜਾ ਜਮਾਨਤ ਹੋਣ ਨਾਲ ਇਹਦਾ ਮਤਲਬ ਕੇਸ ਫਾਈਲ ਹੋ ਗਿਆ ਜੀ, ਕੇਸ ਚੱਲੂਗਾ, ਕੇਸ ਚੱਲੂਗਾ, ਜੋ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕੌਣ। ਨਹੀਂ, ਮੇਰਾ ਸਵਾਲ ਇਹ ਸੀ ਵੀ ਹੋਰ ਕੋਈ ਫੜੋ ਫੜੀ ਹੋਈ ਨਹੀਂ, ਦੋ ਅਫਸਰ ਫੜੇ ਅਤੇ ਹੋਰ ਕੋਈ ਗ੍ਰਿਫਤਾਰੀ ਨਹੀਂ ਹੋਈ? ਇਸੇ ਗੱਲ ਨੂੰ ਮੈਂ ਜਿਹੜਾ ਪੋਲੀਟੀਸਾਈਜ਼ ਕਹਿ ਰਿਹਾ ਵੀ ਦਬਾਅ ਜਿਹੜਾ ਨਾ ਉਹਨਾਂ 'ਤੇ ਵੀ ਹੈ, ਇਹ ਗੱਲ ਨਹੀਂ ਵੀ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ, ਪਰ ਉਹਨਾਂ 'ਤੇ ਦਬਾਅ ਹੈ, ਉਹਨਾਂ 'ਤੇ ਵੀ ਹੈ। ਦਬਾਅ ਕੌਣ ਪਾ ਰਿਹਾ ਹੋਊ? ਦਬਾਅ ਜਿਹੜੇ ਜਿਹਨਾਂ ਨੂੰ ਪਤਾ ਵੀ ਅਸੀਂ ਕੱਲ੍ਹ ਨੂੰ ਫੜੇ ਜਾਣਾ ਮੁਜਰਮ, ਅਸੀਂ ਗਲਤੀਆਂ ਕੀਤੀਆਂ ਨੇ, ਉਹਨਾਂ 'ਤੇ ਦਬਾਅ, ਹੋਰ ਕਿਹਦਾ ਹੋਣਾ? ਅਤੇ ਦੂਜੀ ਗੱਲ, ਇੱਕ ਗੱਲ ਹੋਰ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਵੀ ਇਹ ਗੱਲ ਜਿਹੜੀ ਖਹਿਰਾ ਸਾਹਿਬ ਕਹਿੰਦੇ ਆ, ਜਾਂ ਮੈਂ ਵੀ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਦਿੰਦਾ ਵੀ ਇਹ ਤਾਂ ਪਹਿਲਾਂ ਤੋਂ ਹੀ ਪਤਾ ਹੈ ਵੀ ਕੈਪਟਨ ਸਾਹਿਬ ਨੂੰ ਬਾਦਲ ਸਾਹਿਬ ਬਚਾਉਂਦੇ ਆ ਅਤੇ ਬਾਦਲ ਸਾਹਿਬ ਨੂੰ ਕੈਪਟਨ ਸਾਹਿਬ ਬਚਾਉਂਦੇ ਆ, ਇਹ ਪੋਲੀਟਿਕਸ ਆ। ਜੇ ਇਹ ਪੋਲੀਟਿਕਸ ਇਮਾਨਦਾਰੀ ਹੁੰਦੀ ਤਾਂ ਅੱਜ ਇਹੋ ਜਿਹੇ ਹਾਲਾਤ ਨਾ ਬਣਦੇ, ਨਾ ਗੋਲੀ ਚੱਲਦੀ, ਨਾ ਬਾਈਬਲ ਕਾਂਡ ਹੁੰਦਾ, ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ, ਜੇ ਇਹ ਸਾਰਾ ਕੁਝ ਮਤਲਬ ਨਾ ਹੁੰਦਾ ਤਾਂ। ਚਲੋ, ਤੁਸੀਂ ਆਪਣੀ ਇਮਾਨਦਾਰੀ ਨਾਲ ਟਿੱਪਣੀ ਰੱਖੀ, ਮੈਂ ਗਿੱਲ ਸਾਹਿਬ ਕੋਲ ਅਖੀਰਲੀ ਟਿੱਪਣੀ ਲਊਂਗਾ, ਅਗਲੇ ਪੁਆਇੰਟ 'ਤੇ ਵਧੂੰਗਾ। ਕੌਸ਼ਿਕ ਸਾਹਿਬ, ਤੁਹਾਡਾ ਰਿਐਕਸ਼ਨ ਲੈਣਾ, ਤੁਹਾਡੀ ਟਿੱਪਣੀ। ਅਕਾਲੀ ਭਾਜਪਾ ਦੀ ਤੁਹਾਡੀ ਸਰਕਾਰ ਸੀ, ਤੁਹਾਡੀ ਸਰਕਾਰ ਵੇਲੇ ਦਾ ਹੀ ਮਾਮਲਾ ਸੀ, 3 ਸਾਲ ਹੋ ਗਏ, ਹਜੇ ਵੀ ਸਥਿਤੀਆਂ ਇਹ ਨੇ ਕਿ ਕੋਈ ਵੱਡੀ ਗ੍ਰਿਫਤਾਰੀ, ਦੁਬਾਰਾ ਸ਼ਾਂਤ ਹੈ ਕੰਮ? ਗਿੱਲ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕਰ ਦਿੱਤਾ। ਮੇਰੇ ਹਿਸਾਬ ਨਾਲ ਤਾਂ ਇਹੀ ਲੱਗਦਾ ਵੀ ਜਿਹੜੀ ਇਹ ਫੜੋ ਫੜੀ ਹੋ ਰਹੀ ਹੈ ਇਹ ਕਿਤੇ ਨਾ ਕਿਤੇ, ਨਹੀਂ, ਸੁਖਬੀਰ ਬਾਦਲ ਜਿਹੜੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਕਹਿੰਦੇ ਨੇ ਕਿ ਲੋਕਤੰਤਰ ਪੰਜਾਬ 'ਚ ਖਤਮ ਹੋ ਰਿਹਾ, ਸਿੱਟ ਦੀ ਦੁਰਵਰਤੋਂ ਹੋ ਰਹੀ ਹੈ, ਕਾਂਗਰਸ ਦੀ ਸਰਕਾਰ ਦੁਰਵਰਤੋਂ ਕਰ ਰਹੀ ਹੈ, ਹੋ ਹੀ ਰਹੀ ਹੈ, ਨਜ਼ਰ ਹੀ ਆ ਰਹੀ ਹੈ, ਉਹ ਤਾਂ ਹੋ ਹੀ ਰਹੀ ਹੈ ਨਾ, ਉਹ 'ਚ ਤਾਂ ਕੋਈ ਗੱਲ ਹੀ ਨਹੀਂ ਹੈ ਵੀ ਜਿਹੜੇ ਮੌਕੇ 'ਤੇ ਹਾਕਮ ਆ ਉਹ ਪ੍ਰੈਸ਼ਰ ਬਣਾ ਕੇ ਅਤੇ ਸਾਰਾ ਕੁਛ ਉਹ ਕਰ ਰਹੇ ਨੇ, ਜਿਵੇਂ ਦੱਸਿਆ ਇਹਨਾਂ ਨੇ ਮੁਲਤਾਨ ਬਰਾੜ ਦਾ ਕੀ ਕਸੂਰ ਹੈ, ਇੱਕ ਨੁਮਾਇੰਦਾ ਹੋਣ ਦੇ ਨਾਤੇ ਉਹਨਾਂ ਨੇ ਉੱਥੇ ਰਹਿਣਾ ਹੀ ਸੀਗਾ, ਆਪਦੇ ਹਲਕੇ ਦੇ ਲੋਕਾਂ ਨੂੰ ਮਿਲਣਾ ਹੀ ਸੀਗਾ, ਹਲਕੇ ਦੇ ਲੋਕਾਂ ਦੇ ਵਿੱਚ ਹੀ ਰਹਿਣਾ, ਐਮਐਲਏ ਦਾ ਕੰਮ ਹੀ ਇਹੀ ਹੁੰਦਾ। ਇਹ ਟੋਟਲੀ ਜਿਹੜੀ ਹੈ ਨਾ ਪੋਲੀਟੀਸਾਈਜ਼ ਹੈ, ਪੋਲੀਟੀਕਲੀ ਦੁਰਵਰਤੋਂ ਕੀਤੀ ਜਾ ਰਹੀ ਸਿੱਟ ਦੀ, ਨਾ ਕਿ ਕਿਸੇ ਨਤੀਜੇ 'ਤੇ ਪਹੁੰਚਣ ਦੀ ਕੋਸ਼ਿਸ਼। ਜੇ ਹੁੰਦੀ ਤਾਂ ਉਮਰਾਂ ਨੰਗਲ ਨੂੰ ਸ਼ਾਇਦ ਜਮਾਤ ਨਾ ਮਿਲਦੀ ਜੀ। ਚਲੋ, ਗਿੱਲ ਸਾਹਿਬ, ਆਖਰੀ ਟਿੱਪਣੀ ਇਸ ਇਸ਼ੂ 'ਤੇ, ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਵੀ ਦੇਣਾ ਚਾਹੁੰਦੇ ਸੀ ਸਵਾਲ, ਪਰ ਜਿਹੜੇ ਵਿਰੋਧੀ ਨੇ, ਭਾਵੇਂ ਸਿਮਰਜੀਤ ਬੈਂਸ ਹੈ, ਸੁਖਪਾਲ ਖਹਿਰਾ ਨੇ, ਕਿਉਂਕਿ ਇਹ ਬੜੇ ਜਾਗਰੂਕ ਲੀਡਰ ਨੇ ਦੋਵੇਂ, ਇਹ ਵੀ ਹਰ ਮੁੱਦੇ ਨੂੰ ਚੱਕਦੇ ਨੇ ਔਰ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਉਹ ਮੁੱਦਾ ਜਿਹੜਾ ਦਬਿਆ ਨਾ ਰਹਿ ਜਾਵੇ। ਇਹਨਾਂ ਦੇ ਫਿਰ ਉਹੀ ਸਵਾਲ ਕਿ ਅਕਾਲੀ ਅਤੇ ਬਾਦਲ ਮਿਲੇ ਹੋਏ ਨੇ, ਬਾਰ ਬਾਰ ਇਹੀ ਸਵਾਲ ਚੱਕਦੇ। ਮੈਂ ਇਹ ਗੱਲ ਕਹਿੰਦਾ ਕਿ ਸਰਦਾਰ ਜਦੋਂ ਨਾ ਜਿਹੜਾ ਸੱਚਾਈ ਹੁੰਦੀ ਹੈ ਇਹ ਛੁਪਦੀ ਨਹੀਂ ਹੁੰਦੀ, ਕਦੇ ਜਿੰਨਾ ਮਰਜ਼ੀ ਕੋਈ ਦਬਲ ਵਿੱਚ ਸਾਹਮਣੇ ਆ ਜਾਂਦੀ ਹੈ। ਸਰਦਾਰ ਖਜਾਨ ਸਿੰਘ ਦੀਆਂ ਗੱਲਾਂ ਦੇ ਵਿੱਚੋਂ ਨਾ ਮਗਰੋਂ ਇਹਨਾਂ ਨੇ ਮੋੜਨ ਦੀ ਕੋਸ਼ਿਸ਼ ਕੀਤੀ, ਮੁੜਾਈ ਮੁੜਦੀ ਨਹੀਂ ਹੁੰਦੀ, ਗੱਲ ਸੱਚਾਈ ਸੱਚਾਈ ਹੁੰਦੀ ਹੈ। ਇਹਨਾਂ ਨੇ ਕਿਹਾ ਕਿ ਪੋਲੀਟੀਕਲ ਪ੍ਰੈਸ਼ਰ ਪੈ ਰਿਹਾ ਸਿੱਟ ਦੇ ਉੱਤੇ, ਪੋਲੀਟੀਕਲ ਪ੍ਰੈਸ਼ਰ ਪੈਂਦਾ ਕਿਹਦਾ ਹੁੰਦਾ? ਗੌਰਮੈਂਟ ਦਾ, ਸਿੱਧੀ ਜੀ ਗੱਲ ਹੈ, ਜਿਹੜੇ ਬੰਦੇ ਮੁਲਜ਼ਮ ਹੋਣ ਉਹਦੇ ਪ੍ਰੈਸ਼ਰ ਹੁੰਦੇ ਨੇ, ਬੜੀ ਹੱਸੋ ਗਈ ਗੱਲ, ਪਹਿਲੀ ਗੱਲ। ਸੈਕਿੰਡ, ਇੱਕ ਨਾ ਇਹਨਾਂ ਨੂੰ ਆਦਤ ਬਣੀ ਹੋਈ ਹੈ, ਜਿਹੜੇ ਅਕਾਲੀ ਦਲ ਦੇ ਵਿਰੋਧੀ ਹੈ ਨਾ, ਉਹਨਾਂ ਦੀ ਆਦਤ ਤਾਂ ਪੱਕੀ ਬਣੀ ਹੋਈ ਹੈ, ਪਿਛਲੇ 2-2.5 ਸਾਲ ਤੋਂ 15 ਤੋਂ ਬਣੀ ਹੋਈ ਕਿ ਇਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ, ਹੁਣ ਅਕਾਲੀ ਦਲ ਬਿਨਾਂ ਸੋਚੇ ਸਮਝੇ ਦਿਮਾਗ ਲਾਇਆ ਅਕਾਲੀ ਦਲ ਦੇ ਜੁੰਮੇ, ਜਦਕਿ ਪੰਜਾਬ ਦੇ ਨਹੀਂ ਦੁਨੀਆਂ ਦੇ ਸਾਹਮਣੇ ਆ ਚੁੱਕਾ ਕਿ ਬੇਅਦਬੀ ਅਤੇ ਗੋਲੀ ਦੋ ਅਲੱਗ ਅਲੱਗ ਚੀਜ਼ਾਂ ਨੇ। ਬੇਅਦਬੀ ਕੀਤੀ ਆ ਉਹਨਾਂ ਨੇ
ਸਿਰਸੇ ਵਾਲਿਆਂ ਨੇ ਔਰ ਸਾਰੇ ਬੰਦੇ ਉਹ ਅੰਦਰ ਨੇ, ਜਦ ਵੀ ਉਹਨਾਂ ਨੇ ਕੀਤੀ। ਇਹ ਵਾਰ ਵਾਰ ਅਕਾਲੀ ਦਲ ਬੇਕਾਰ ਗੱਲ ਹੈ। ਨੰਬਰ ਦੋ 'ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਸਿੱਟ ਪ੍ਰੈਸ਼ਰ ਦੀ, ਉਹ ਸਿੱਟ ਦਾ ਪ੍ਰੈਸ਼ਰ ਗੌਰਮੈਂਟ ਦਾ ਵਾ, ਉਹ ਅਕਾਲੀ ਦਲ ਦਾ ਪ੍ਰੈਸ਼ਰ ਕਿਵੇਂ ਹੋਜੂਗਾ ਜੋ ਪਾਵਰੋਂ ਬਾਹਰ ਆ। ਇਸ ਲਈ ਸੱਚਾਈ ਇਹ ਆ ਕਿ ਸਿੱਟ ਚਾਹੇ ਇਮਾਨਦਾਰ ਅਫਸਰਾਂ ਦੀ ਆ, ਲੇਕਿਨ ਪੋਲੀਟੀਕਲ ਪ੍ਰੈਸ਼ਰ ਪੈ ਰਿਹਾ ਇਹ ਸਾਰੇ ਜਿੰਨੇ ਆਪਣੇ ਬੈਠੇ ਪੈਨਲ ਦੇ ਵਿੱਚ ਸਾਰਿਆਂ ਦੇ ਮਨ ਦੀ ਆਵਾਜ਼ ਇੱਕ ਮੱਤ ਹੈ ਕਿ ਪੋਲੀਟੀਕਲ ਪ੍ਰੈਸ਼ਰ ਪੈ ਰਿਹਾ। ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਹੀ ਆ ਸਾਰੀਆਂ ਕਾਰਵਾਈਆਂ ਹੋ ਰਹੀਆਂ। ਚਲੋ ਚਲੋ ਜੀ, ਆਪ ਛੋਟੀ ਜਿਹੀ ਟਿੱਪਣੀ। ਪੋਲੀਟੀਕਲ ਪ੍ਰੈਸ਼ਰ ਦੇ ਨਾਲ ਨਾਲ ਗਿੱਲ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਸਿਰਸੇ ਵਾਲਿਆਂ ਨੇ ਓਪਨਲੀ ਉਸ ਏਰੀਏ ਦੇ ਵਿੱਚ ਪੋਸਟਰ ਲਾਏ ਸੀ। ਚਲੋ ਮੈਂ ਉਹਦੇ 'ਚ ਨਹੀਂ ਜਾਣਾ, ਮੈਂ ਨਹੀਂ, ਉਹ ਆਪਾਂ ਨੂੰ ਪਤਾ ਉਹ ਬੜੀ ਮਾੜੀ ਗੱਲ, ਉਹਨਾਂ ਨੇ ਅਕਾਲੀ ਦਲ ਵਾਲੇ ਪਾਸੇ ਪੋਸਟਰ ਲਾਉਣ ਵਾਲੇ ਨੇ ਬਹੁਤ ਮਾੜੀ ਗੱਲ ਕੀਤੀ ਸੀ, ਵਾਰ ਵਾਰ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ। ਇਹਦੇ ਨਾਲ ਨਾਲ ਇੱਕ ਹੋਰ ਬੜਾ ਅਹਿਮ ਪੁਆਇੰਟ ਹੈ ਜਿਹਦੇ ਉੱਪਰ ਮੈਂ ਅੱਜ ਚਾਹੂੰਗਾ ਕਿ ਅਸੀਂ ਗੱਲ ਕਰੀਏ। ਉਮੀਦਵਾਰ ਸੁਖਪਾਲ ਖਹਿਰਾ ਨੇ, ਵੱਡੇ ਉਮੀਦਵਾਰ ਅੱਜ ਅਲਾਇੰਸ ਨੇ ਐਲਾਨ 'ਤੇ, ਅਕਾਲੀ ਦਲ ਵੀ ਪਿੱਛੇ ਰਹਿ ਗਿਆ, ਕਾਂਗਰਸ ਵੀ ਪਿੱਛੇ ਰਹਿ ਗਈ। ਫਤਿਹਗੜ੍ਹ ਸਾਹਿਬ ਵੀ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਐਲਾਨ ਤਾ, ਲੋਕ ਇਨਸਾਫ ਪਾਰਟੀ ਦੀ ਟਿਕਟ ਹੈ ਫਤਿਹਗੜ੍ਹ ਸਾਹਿਬ। ਅੰਮ੍ਰਿਤਸਰ 'ਚ ਵੀ ਲੋਕ ਇਨਸਾਫ ਪਾਰਟੀ ਦੀ ਟਿਕਟ ਹੈ ਅਤੇ ਫਿਰੋਜ਼ਪੁਰ ਦੀ ਸੀਟ CBI ਨੂੰ ਦਿੱਤੀ। ਗਠਬੰਧਨ ਨੂੰ ਅੱਜ ਤੁਸੀਂ ਕਿੱਥੇ ਤੋਲਦੇ ਹੋ? ਜਿਹੜੇ ਗਠਬੰਧਨ ਨੂੰ ਤੁਸੀਂ ਕਹਿੰਦੇ ਸੀ ਬਣਨਾ ਨਹੀਂ ਬਣਨਾ ਨਹੀਂ ਬਣਨਾ ਨਹੀਂ, ਡੈਮੋਕ੍ਰੇਟਿਕ ਅਲਾਇੰਸ, ਲੋਕ ਇਨਸਾਫ ਪਾਰਟੀ, ਸੁਖਪਾਲ ਖਹਿਰਾ, ਬਸਪਾ ਔਰ ਡਾਕਟਰ ਧਰਮਵੀਰ ਗਾਂਧੀ ਦੀ, ਗਾਂਧੀ ਸਾਹਿਬ ਵੀ ਅੱਜ ਪਟਿਆਲੇ ਤੋਂ ਅਨਾਊਂਸ ਕਰਤਾ, ਇਹ ਚਾਰਾਂ ਪਾਰਟੀਆਂ ਦਾ ਗਠਬੰਧਨ ਬਣ ਗਿਆ। ਲਗਭਗ ਫਿਰੋਜ਼ਪੁਰ ਛੱਡ ਕੇ ਸਾਰੀਆਂ ਸੀਟਾਂ ਦੇ ਉਮੀਦਵਾਰਾਂ ਦੀ ਅਨਾਊਂਸਮੈਂਟ ਹੋ ਗਈ। ਅੱਜ ਗਠਬੰਧਨ ਨੂੰ ਤੁਸੀਂ ਕਿੱਥੇ ਦੇਖਦੇ ਹੋ? ਵੋਟਾਂ ਦੇ ਵਿੱਚ ਇਕੱਲੇ ਗਠਬੰਧਨ ਨਹੀਂ ਦੇਖੇ ਜਾਂਦੇ, ਵੋਟਾਂ ਦੇ ਵਿੱਚ ਦੇਖਿਆ ਜਾਂਦਾ ਲੋਕ ਕਿਹਦੇ ਨਾਲ ਨੇ। ਪੰਜਾਬ ਸਾਰਾ ਸੱਦ ਸੱਦ ਕੇ ਅਕਾਲੀ ਦਲ ਨੂੰ ਰੈਲੀਆਂ ਕਰ ਰਿਹਾ, ਕੁਰਕਸ਼ੇਤਰ ਦੇ ਵਿੱਚ ਰੈਲੀ ਹੋ ਰਹੀ ਆ, ਅੰਬਾਲੇ 'ਚ ਰੈਲੀ ਹੋ ਰਹੀ ਆ। ਵੀ ਚਲੋ ਮੈਂ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਮੇਰੇ ਕੋਲ ਸਵਾਲ ਇਹੋ ਜਿਹਾ, ਅਕਾਲੀ ਦਲ ਹਰਿਆਣੇ ਜਾ ਕੇ ਕਹੂਗਾ ਕੀ? SYL 'ਤੇ ਅਕਾਲੀ ਦਲ ਦਾ ਕੀ ਸਟੈਂਡ ਹੋਊਗਾ? ਅਕਾਲੀ ਦਲ ਦਾ ਸਟੈਂਡ ਹਮੇਸ਼ਾ ਹੀ ਉਹੀ ਰਹਿਣਾ। SYL 'ਤੇ ਕੀ ਰਹੂਗਾ? ਪੰਜਾਬ 'ਚ ਵੱਖਰਾ, ਹਰਿਆਣੇ 'ਚ ਵੱਖਰਾ, ਉਹੀ ਸਾਡੀ ਪਾਰਟੀ ਦਾ ਇੱਕੋ ਸਟੈਂਡ ਆ ਕਿ ਪਾਣੀ ਪੰਜਾਬ ਦੇ ਨੇ, ਹਰਿਆਣੇ ਦਾ ਇਹਨਾਂ ਦਾ ਕੋਈ ਲਿੰਕ ਨਹੀਂ। ਤੁਸੀਂ ਹਰਿਆਣੇ 'ਚ ਜਾ ਕੇ ਇਹ ਕਹੋਗੇ ਬਾਕੀ ਪਾਣੀ ਪੰਜਾਬ ਦੇ ਹੈ ਤੇ ਕੋਈ ਵੋਟ ਪਾ ਦੂ ਹਰਿਆਣੇ? ਇਹ ਮਤਲਬ ਹੀ ਨਹੀਂ, ਸਾਡੀ ਪਾਰਟੀ ਦਾ ਸਟੈਂਡ ਇੱਕੋ ਹੀ ਰਹਿਣਾ ਜੀ। ਚਲੋ ਅੱਛਾ ਅੱਛਾ ਚਲੋ ਵਰੁਣ ਜੀ, ਕਾਂਗਰਸ ਵੀ ਦੁਚਿੱਤੀ ਦੀ ਸਥਿਤੀ 'ਚ ਹੈ। ਕਾਂਗਰਸ 'ਚ ਡਾਕਟਰ ਮਨਮੋਹਨ ਸਿੰਘ 'ਤੇ ਟੇਕ ਹੈ ਕਿ ਡਾਕਟਰ ਮਨਮੋਹਨ ਸਿੰਘ ਪੰਜਾਬ ਆ ਜਾਣ ਤਾਂ ਕਿ ਅਸੀਂ ਕੋਈ ਵੀ ਜਿਹੜੀ ਸੀਟ ਹੈ ਸਾਡੀ ਹਰੇ ਨਾ, ਕਿਉਂਕਿ ਮੋਗੇ ਦੀ ਰੈਲੀ ਥੋੜ੍ਹੀ ਸਧਾਰਨ ਹੋਈ ਹੈ। ਜਿੱਡੀ ਉਮੀਦ ਸੀ ਮੋਗੇ ਦੀ ਰੈਲੀ 'ਚ, ਓਡਾ ਰਸ਼ ਨਹੀਂ ਆਇਆ। ਮੋਗੇ ਦੀ ਰੈਲੀ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਨੂੰ ਇਹ ਲੱਗ ਰਿਹਾ ਕਿ ਸਾਡੇ ਲਈ ਜਿੱਤਣਾ ਐਡਾ ਆਸਾਨ ਨਹੀਂ। ਔਰ ਜਿਹੜਾ ਸਿੱਟ ਦਾ ਪ੍ਰੈਸ਼ਰ ਤੁਸੀਂ ਬਣਾਇਆ ਸੀ ਅੱਜ ਉਮਰਾ ਨੰਗਲ ਦੀ ਜ਼ਮਾਨਤ ਨਾਲ, ਸਿੱਟ ਦਾ ਪ੍ਰੈਸ਼ਰ ਵੀ ਮੈਂ ਮੰਨੂੰਗਾ ਕਿ ਰਿਲੀਜ਼ ਹੋਊਗਾ, ਘਟੂਗਾ। ਇਹ ਕਾਂਗਰਸ ਲਈ ਝਟਕਾ, ਮੈਂ ਕਹਿੰਦਾ ਕਾਂਗਰਸ ਲਈ ਵੀ ਝਟਕਾ ਹੈ, ਅਕਾਲੀ ਦਲ ਲਈ ਥੋੜ੍ਹੀ ਜਿਹੀ ਰਾਹਤ ਵਾਲੀ ਗੱਲ ਹੈ। ਪਰ ਹੁਣ ਜਦੋਂ ਗੱਲ ਫੇਰ ਫਸਵੇਂ ਮੁਕਾਬਲੇ ਵਾਲੀ ਹੈ ਔਰ 2 ਮਹੀਨੇ ਅਤੇ 6-7 ਦਿਨ ਹਜੇ ਬਾਕੀ ਹੈ ਪੰਜਾਬ ਦੀਆਂ ਚੋਣਾਂ ਨੂੰ, 2 ਮਹੀਨੇ 6-7 ਦਿਨ ਭਾਵ 70 ਕੁ ਦਿਨ ਪੰਜਾਬ ਦੀਆਂ ਵੋਟਾਂ ਨੂੰ ਹਜੇ ਪਏ ਨੇ। 70 ਦਿਨਾਂ 'ਚ ਤਾਂ ਪੰਜਾਬ ਦਾ ਸਿਆਸੀ ਪਾਰਾ ਸਾਰੇ ਮੁੱਦੇ ਦੁਬਾਰਾ ਉਭਾਰ ਮਾਰਨਗੇ। ਫਿਰੋਜ਼ਪੁਰ, ਮਾਫ ਕਰਨਾ, ਬਠਿੰਡੇ 'ਚ ਡਾਕਟਰ ਮਨਮੋਹਨ ਸਿੰਘ ਬਾਰੇ ਵੀ ਚਰਚਾ ਚੱਲ ਪਈ ਵੀ ਮਨਮੋਹਨ ਸਿੰਘ ਉਹਨਾਂ ਨੂੰ ਬਠਿੰਡੇ ਲਿਆਓ। ਤੁਹਾਡੀ ਨਜ਼ਰ 'ਚ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਹੀ ਜ਼ਰੂਰੀ ਨੇ ਜਾਂ ਬਠਿੰਡੇ? ਡੱਲਾ ਜੀ, ਇੱਕ ਗੱਲ ਕਹਾਂ ਕਿ ਤੁਸੀਂ ਜਿੱਥੇ ਕਹਿ ਰਹੇ ਹੋ ਨਾ ਵੀ ਕਾਂਗਰਸ ਪਾਰਟੀ ਦੁਚਿੱਤੀ 'ਚ ਹੈ, ਕੋਈ ਦੁਚਿੱਤੀ ਵਾਲੀ ਗੱਲ ਨਹੀਂ ਹੈਗੀ ਹੈ। ਸਿਰਫ ਫਰਕ ਕੀ ਹੈ ਵੀ ਕਾਂਗਰਸ ਪਾਰਟੀ ਹਕੀਕਤ 'ਚ ਜੀਣਾ ਜਾਣਦੀ ਆ, ਹਕੀਕਤ 'ਚ ਕੰਮ ਕਰਨਾ ਜਾਣਦੀ ਆ। ਬਾਕੀ ਪਾਰਟੀਆਂ ਗੁਣੀ ਵੀ ਅਜੇ ਤਾਂ ਚੋਣ ਮੈਦਾਨ 'ਚ ਆਉਣਾ, ਹਲੇ ਤਾਂ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਆ, ਅਤੇ ਆਪਾਂ ਕਹਿ ਦਈਏ ਕਿ ਜੀ 100 ਸੀਟਾਂ ਅਸੀਂ ਲੈ ਗਏ ਹਾਂ, ਉਹ ਕਹਿੰਦੇ ਲੋਕਾਂ ਦੀ ਅਦਾਲਤ 'ਚ ਜਾਵਾਂਗੇ, ਆਪਣਾ ਪੱਖ ਰੱਖਾਂਗੇ। ਜਦੋਂ ਤੱਕ EVM ਦੀ ਮਸ਼ੀਨ 'ਤੇ ਵੋਟਰ ਨਹੀਂ ਪਹੁੰਚਦਾ, ਬਟਨ ਪ੍ਰੈਸ ਨਹੀਂ ਕਰਦਾ, ਨਤੀਜੇ ਨਹੀਂ ਆਉਂਦੇ,
ਤਦ ਤੱਕ ਕਿਸੇ ਵੀ ਗੱਲ ਦੀ ਓਵਰ ਕੌਨਫੀਡੈਂਟ ਹੋ ਕੇ ਕਹਿਣਾ ਬੜੀ ਮਾੜੀ ਗੱਲ ਹੈ। ਨਹੀਂ ਨਹੀਂ ਇੱਕ ਗੱਲ ਸੁਣ ਲਓ ਮੇਰੀ, ਕੈਪਟਨ ਕਹਿ ਰਹੇ ਨੇ ਕਿ ਮਿਸ਼ਨ 13, ਮੇਰੀ ਗੱਲ ਸੀਟਾਂ ਜਿੱਤਣੀ, ਮਿਸ਼ਨ 13 ਕਹਿ ਰਹੇ ਆ ਕਿ ਪੰਜਾਬ ਦੇ ਅੰਦਰ ਲੋਕਾਂ ਕੋਲ ਤਾਂ ਜਾਣਾ ਨਾ, ਉਹ ਕੰਮ ਨਹੀਂ ਵੀ ਬੀਜੇਪੀ ਅਕਾਲੀ ਦਲ ਕੇ 300 ਸੀਟ, ਤੁਸੀਂ ਤਾਂ ਇੱਦਾਂ ਕਹਿੰਦੇ ਵੀ ਜਿਵੇਂ ਦੂਜੇ ਕੈਂਡੀਡੇਟਾਂ ਨੂੰ ਅੰਦਰ ਬੰਦ ਕਰ ਦੋਗੇ ਤੁਸੀਂ, ਤੁਸੀਂ ਤਾਂ ਐਡੇ ਓਵਰ ਕੌਨਫੀਡੈਂਟ ਹੋ ਕੇ ਕਹਿ ਰਹੇ ਹੋ ਵੀ 300 ਸੀਟਾਂ ਲਿਆ ਜੀ, ਵੀ ਜਿਵੇਂ ਘਰੋਂ ਹੀ ਬਹਿ ਕੇ ਈਵੀਐਮ ਦੇ ਰਿਜ਼ਲਟ ਕੱਢ ਦੇਣੇ ਆ, ਉਹ ਕੰਮ ਨਹੀਂ ਚੱਲਦੇ। ਸਗੋਂ ਲੋਕਤੰਤਰ ਹੈ, ਲੋਕਾਂ ਦੇ ਕੋਲ ਜਾਣਾ, ਲੋਕਾਂ ਦੇ ਕੋਲ ਆਪਣਾ ਪੱਖ ਰੱਖਣਾ ਅਤੇ ਲੋਕਾਂ ਨੇ ਵੋਟਿੰਗ ਕਰਨੀ ਆ। ਜਿੱਥੇ ਗੱਲ ਆਉਂਦੀ ਹੈ ਡਾਕਟਰ ਮਨਮੋਹਨ ਸਿੰਘ ਜੀ ਦੀ, ਅੱਜ ਮੈਂ ਜਿੱਥੇ ਹੁਣ ਕੈਂਡੀਡੇਟਾਂ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਆਉਣ ਵਾਲੇ ਉਮੀਦ ਹੈ ਕਿ 1 ਹਫ਼ਤੇ 'ਚ ਕਾਂਗਰਸ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਊਂਸ ਕਰ ਦੇਣੇ ਆ ਤਕਰੀਬਨ ਜਿਹੜੀਆਂ ਸੀਟਾਂ 'ਤੇ। ਦੇਖੋ ਕਾਂਗਰਸ ਪਾਰਟੀ ਇੱਕ ਬੜਾ ਵੱਡਾ ਪਰਿਵਾਰ ਹੈ, 138 ਸਾਲ ਦਾ ਚਲੋ ਪਰਿਵਾਰ ਤਾਂ ਸਾਰਿਆਂ ਦੀ ਵੱਡੀ ਹੈ, ਨਹੀਂ ਨਹੀਂ ਮੇਰੀ ਗੱਲ ਸੁਣ ਲਓ, ਔਰ ਜਦੋਂ ਲੀਡਰਸ਼ਿਪ ਔਰ ਵਰਕਰ ਦੀ ਇੱਕ ਰਾਏ ਲਿੱਤੀ ਜਾਂਦੀ ਹੈ ਵੀ ਕਿਸ ਬੰਦੇ ਨੂੰ ਚੋਣ ਮੈਦਾਨ 'ਚ ਭੇਜਿਆ ਜਾਵੇ, ਡਾਕਟਰ ਮਨਮੋਹਨ ਸਿੰਘ ਦੀ ਜਿੱਥੇ ਤੱਕ ਗੱਲ ਸੁਣ ਲਓ, ਡਾਕਟਰ ਮਨਮੋਹਨ ਸਿੰਘ ਦੀ ਗੱਲ ਸੁਣ ਲਓ, ਡਾਕਟਰ ਮਨਮੋਹਨ ਸਿੰਘ ਜੀ ਜਦੋਂ ਬਠਿੰਡੇ ਤੋਂ ਵੀ ਜੇ ਆਉਂਦੇ ਆ ਤਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ 'ਚ ਇੱਕ ਜਾਨ ਫੂਕੀ ਜਾਂਦੀ ਹੈ। ਸੈਕਿੰਡਲੀ ਜੇ ਡਾਕਟਰ ਮਨਮੋਹਨ ਸਿੰਘ ਬਠਿੰਡੇ ਆ ਜਾਂਦੇ ਆ ਤਾਂ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ 'ਤੇ ਦਾਅਵੇ ਨਾਲ ਗੱਲ ਕਹਿੰਦਾ ਕਿ ਪੂਰੇ ਪੰਜਾਬ ਦੀ ਅਕਾਲੀ ਦਲ ਅਤੇ ਬੀਜੇਪੀ ਦੇ ਲੋਕ ਤੁਹਾਨੂੰ ਉੱਥੇ ਬੂਥਾਂ 'ਤੇ ਨਜ਼ਰ ਆਉਣਗੇ, ਇਹਨਾਂ ਕੋਲ ਰਾਹ ਨਹੀਂ ਹੋਣਾ, ਇਹ ਕਿਸ ਮੂੰਹ ਦੇ ਨਾਲ ਡਾਕਟਰ ਮਨਮੋਹਨ ਸਿੰਘ ਦਾ ਵਿਰੋਧ ਕਰਨਗੇ। ਅੱਜ ਤੋਂ 2007 ਤੋਂ ਲੈ ਕੇ 2014 ਤੱਕ ਇਹ ਲੋਕ ਡਾਕਟਰ ਮਨਮੋਹਨ ਸਿੰਘ ਕੋਲ ਜਾ ਕੇ ਪੰਜਾਬ ਲਈ ਗੱਫੇ ਲਿਆਉਂਦੇ ਰਹੇ, ਉਹਦਾ ਕਹਿੰਦੇ ਰਹੇ ਡਾਕਟਰ ਮਨਮੋਹਨ ਸਿੰਘ ਉਹ ਸਰਕਾਰੀ ਫੰਡ ਹੀ ਦਿੱਤੇ ਤੇ ਹੁਣ ਤੁਹਾਨੂੰ ਮੋਦੀ ਸਾਹਿਬ ਜੇਤਲੀ ਨੇ ਕੀ ਦਿੱਤਾ? ਪ੍ਰਧਾਨ ਮੰਤਰੀ ਸੀ, ਕੁਛ ਨਹੀਂ ਦਿੱਤਾ। ਹੁਣ ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਅਰੁਣ ਜੇਤਲੀ ਵਿੱਤ ਮੰਤਰੀ ਹੈ, ਕੀ ਦਿੱਤਾ ਤੁਹਾਨੂੰ? ਕੁਛ ਵੀ ਮਤਲਬ ਅਕਾਲੀ ਦੇ ਕਾਂਗਰਸ ਦੀ ਸਿਆਸਤ ਚ ਲਾਲਾ ਜੀ ਸੜਕ ਨਹੀਂ ਬਣੀ। ਡੱਲਾ ਜੀ ਇੱਕ ਗੱਲ ਸੁਣੋ, ਮੈਂ ਕਹਿੰਦਾ ਕਰਤਾਰਪੁਰ ਵਾਲੀ ਗੱਲ ਤਾਂ ਚਲੋ ਅਲੱਗ ਮੈਟਰ ਹੈ, 2014 ਤੋਂ 2017 ਤੱਕ ਜਦੋਂ ਮੋਦੀ ਸਰਕਾਰ ਆ ਗਈ ਸੀ, 2017 ਤੱਕ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੀ ਸੀਗੇ। ਤੁਸੀਂ 2014 ਚ ਅਰੁਣ ਜੇਤਲੀ ਨੂੰ ਕਿਹੜੇ ਮੂੰਹ ਨਾਲ ਉੱਥੋਂ ਅੰਮ੍ਰਿਤਸਰ ਤੋਂ ਲਿਆਏ ਹੋ ਤੇ ਕੀ ਮੁੱਲ ਮੋੜਿਆ? ਉਹਨਾਂ ਨੇ ਆਪਣੀ ਹਾਰ ਦੀ ਖੁੰਦ ਕੱਢੀ ਵੀ ਬਾਦਲਾਂ ਨੇ ਮੈਨੂੰ ਹਰਾ ਕੇ ਭੇਜਤਾ, ਤੁਹਾਨੂੰ 5-3 ਸਾਲ 1 ਰੁਪਈਆ ਨਹੀਂ ਦਿੱਤਾ ਉਹਨਾਂ ਨੇ, ਪੰਜਾਬ ਨੂੰ 1 ਰੁਪਈਆ ਨਹੀਂ ਦਿੱਤਾ। ਕਿਹੜਾ ਲਿਆਂਦਾ ਤੁਸੀਂ? ਕਿਹੜਾ ਲਿਆਏ ਤੁਸੀਂ? ਕੀ ਚਲੋ ਇੱਕ ਮਿੰਟ, ਜਿੱਥੇ ਤੱਕ ਗੱਲ ਸੁਣ ਲਓ, ਜਿੱਥੇ ਤੱਕ ਗੱਲ ਸੁਣ, ਕੀ ਦੇਤਾ ਤੁਹਾਨੂੰ? ਕੀ ਦੇਤਾ? ਦੂਜੀ ਗੱਲ ਸੁਣੋ, ਡਾਕਟਰ ਮਨਮੋਹਨ ਸਿੰਘ ਬਠਿੰਡੇ ਆਉਂਦੇ ਆ ਤੇ ਅਕਾਲੀ ਦਲ ਕਿਹੜੇ ਤੱਥਾਂ ਦੇ ਆਧਾਰ ਤੇ ਵਿਰੋਧ ਕਰੇਗਾ? ਠੀਕ ਹੈ। ਔਰ ਦੂਜੀ ਗੱਲ, ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਜਿਹੜਾ ਕਹਿੰਦੇ ਨੇ ਵੀ ਇੱਕ ਹਾਰਡ ਕੋਰ ਸਿਸਟਮ ਹੈਗਾ ਵਾ, ਵੀ ਇੱਕ ਪਰਿਵਾਰਕ ਮਾਹੌਲ ਹੈ ਜਾਂ ਪਾਰਟੀ ਦੀ ਜਿੰਦ ਤੇ ਜਾਨ ਹੈ। ਦੇਖੋ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ 'ਚੋਂ ਮੰਤਰੀ ਰਹਿ ਚੁੱਕੇ ਨੇ ਔਰ ਅਕਾਲੀ ਦਲ ਦੇ ਪ੍ਰਧਾਨ ਦੀ ਵਾਈਫ ਵੀ ਨੇ, ਅਕਾਲੀ ਦਲ ਦੀ ਸੀਨੀਅਰ ਲੀਡਰ ਵੀ ਆ। ਉਹਨਾਂ ਨੂੰ ਜਿਤਾਉਣਾ ਅਕਾਲੀ ਦਲ ਅਤੇ ਬੀਜੇਪੀ ਲਈ ਇੱਕ ਸਿਰ ਧੜਦੀ ਬਾਜੀ ਬਣ ਜਾਣੀ ਹੈ, ਅਤੇ ਇਹ ਸਾਰਾ ਵਰਕਰ ਇਹਨਾਂ ਦਾ ਉੱਥੇ ਪਹੁੰਚੇਗਾ, ਸਾਰਾ ਜ਼ੋਰ ਇਕੱਲਾ ਬਠਿੰਡਾ ਸੀਟ 'ਤੇ ਇਹਨਾਂ ਦਾ ਲੱਗ ਜਾਣਾ, ਪੰਜਾਬ ਦੀ ਸੀਟਾਂ ਇਹਨਾਂ ਦੇ ਕੋਲ ਸਾਂਭੀ ਰਹੀ ਧੜਦੀ ਬਾਜੀ ਪਟਿਆਲੇ ਦੇਖ ਲਈ, ਜਦੋਂ ਮਹਾਰਾਣੀ ਪ੍ਰਨੀਤ ਕੌਰ ਹਾਰ ਗਈ ਦੇਖ ਲਈ ਕਿੰਨੀਆਂ ਕੁ ਬਾਜੀਆਂ ਲਾਉਂਦੇ ਨੇ। ਮੈਂ ਇਹਨਾਂ ਨੂੰ ਗੱਲ ਦਾ ਜਵਾਬ ਦਿੰਦਾ, ਇਹਨਾਂ ਨੇ ਗੱਲ ਪਹਿਲਾਂ ਤਾਂ ਇਹਨਾਂ ਨੇ ਈਵੀਐਮ 'ਤੇ ਭਾਂਡਾ ਭੰਨਿਆ, ਛੋਟੀ ਛੋਟੀ ਘਰੇ ਈਵੀਐਮ ਬਣਾ ਦੇਣੀਆਂ ਨੇ। ਦੂਜਾ ਕਹਿੰਦੇ ਨੇ ਜੀ ਵੀ ਸਾਡੇ ਪੰਜਾਬ ਦੇ ਵਿੱਚ ਅਗਰ ਮਨਮੋਹਨ ਸਿੰਘ ਜੀ ਆ ਜਾਂਦੇ ਨੇ ਕਾਂਗਰਸ 'ਚ ਜਾਨ ਫੂਕੀ ਜਾਊਗੀ, ਇਟ ਮੀਨਸ ਕਾਂਗਰਸ ਮ੍ਰਿਤਕ ਹੈ। ਅੱਜ ਵੀ ਕਾਂਗਰਸ ਪਾਵਰਫੁਲ ਹੈ, ਅੱਜ ਵੀ ਪਾਵਰਫੁਲ ਹੈ, ਅੱਜ ਵੀ ਪਾਵਰਫੁਲ ਹੈ। ਦੂਸਰੀ ਗੱਲ ਇਹ ਕਹਿੰਦੇ ਆ ਜੀ ਸਾਨੂੰ ਅਰੁਣ ਜੇਤਲੀ ਜੀ ਨੇ ਐ ਨਹੀਂ ਦਿੱਤਾ ਜੀ, ਮਨਮੋਹਨ ਸਿੰਘ ਜੀ ਵੇਲੇ ਗੱਫੇ ਲਿਆਉਂਦੇ ਸੀਗੇ ਕੋਈ ਭੀਖ ਨਹੀਂ ਸੀ ਦਿੰਦੇ।
ਨੀਤੀ ਆਯੋਗ ਪਲੈਨਿੰਗ ਕਮਿਸ਼ਨ ਦੇ ਮੁਤਾਬਕ ਸਟੇਟ ਦਾ ਆਪਣਾ ਇੱਕ ਪ੍ਰੈਰੋਗੇਸ਼ਨ ਹੁੰਦਾ, ਉਹਨੂੰ ਇੱਕ ਫੰਡ ਮਿਲਣਾ ਹੁੰਦਾ ਡਿਵੈਲਪਮੈਂਟ ਵਾਸਤੇ। ਘੁੰਮਣ ਮੋਹਨ ਸਿੰਘ ਜੀ ਜੇਬ ਚੋਂ ਕੱਢ ਕੇ 500 ਨੋਟ ਨਹੀਂ ਸੀ ਦੇ ਦਿੰਦੇ ਵੀ ਆਹ ਲੋ ਲੁਧਿਆਣੇ ਜਾਣ ਦਾ, ਪੰਜਾਬ ਜਾਣ ਦਾ ਕਿਰਾਇਆ ਲੈ ਲਓ। ਸੂਬਾ ਸਰਕਾਰ ਨੂੰ ਮਨਮੋਹਨ ਸਿੰਘ ਪੈਸੇ ਦਿੰਦੇ 2014 ਤੋਂ 2017 ਤੱਕ। ਵਰੁਣ ਜੀ ਸਾਡੇ ਦੇਖੋ ਚੜਾਈ ਕਰੀ ਜਾਂਦੇ ਆ ਬਾਰ-ਬਾਰ। ਨਹੀਂ, ਇਹ ਗੱਲ ਸਵਾਲ ਪੁੱਛਣਾ ਬਣਦਾ 2014 ਤੋਂ ਸਾਰਾ ਕੁਝ ਨਹੀਂ ਮਿਲਿਆ ਇਹਨਾਂ ਨੂੰ। ਬਹੁਤ ਮੰਗਾ ਸੀ, ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਹੀਂ ਮਿਲਿਆ, ਕਿਸਾਨ ਪੰਜਾਬ ਨੂੰ ਖੇਤੀਬਾੜੀ ਦਾ ਪੈਕੇਜ ਨਹੀਂ ਮਿਲਿਆ। ਇਹ ਸਵਾਲ ਜਿਹੜੇ ਜਾਇਜ਼ ਨੇ, ਕੁਝ ਵੀ ਨਹੀਂ ਦਿੱਤਾ ਮਨਮੋਹਨ ਸਿੰਘ ਨੇ, ਜ਼ਿਆਦਾ ਦਿੱਤਾ ਮੋਦੀ ਔਰ ਅਰੁਣ ਜੇਤਲੀ ਨਾਲੋਂ ਜ਼ਿਆਦਾ ਦਿੱਤਾ ਮਨਮੋਹਨ ਸਿੰਘ ਨੇ, ਇਹ ਤਾਂ ਪੱਥਰ ਤੇ ਲਿਖੀ ਦਾ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਡੱਲਾ ਜੀ, ਇਸ ਤਰ੍ਹਾਂ ਹੈ ਵੀ ਪਹਿਲੀ ਗੱਲ ਤਾਂ ਮੈਂ ਅਕਾਲੀ ਭਾਜਪਾ ਤੇ ਕਾਂਗਰਸ ਦਾ ਜਵਾਬ ਦੇਣਾ ਚਾਹੁੰਦਾ ਵੀ ਇਹ ਉਦੋਂ ਜਦੋਂ ਵੇਖੋ ਪੰਜਾਬ ਜਿਹੜੀ ਆ ਆਮ ਆਦਮੀ ਪਾਰਟੀ ਆ, ਉਸ ਵੇਲੇ ਵੀ ਕਹਿੰਦੇ ਸੀ ਸਾਥ ਸੁਖਬੀਰ ਸਿੰਘ ਬਾਦਲ। ਮੈਂ ਰੋਕ ਲਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਧੰਨਵਾਦ ਦੀ ਰੈਲੀ ਵੀ ਕਰਤੀ ਅਕਾਲੀਆਂ ਨੇ, ਪਰ ਉਹ ਸੜਕ ਨਹੀਂ ਬਣੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ। ਨਹੀਂ ਬਸ ਪੈਸਾ ਨਹੀਂ ਆਇਆ, ਸਟੇਟ ਦਾ ਮਸਲਾ ਨਹੀਂ, ਸਟੇਟਾਂ ਦੇ ਨਾਲ ਸੁੱਟੋ। ਚਲੋ ਮੇਰੀ ਗੱਲ ਸੁਣ ਲਓ, ਚਲੋ 500 ਸਾਲਾਂ ਮਨਾਉਣਾ, ਚਲੋ ਮੇਰੀ ਪੈਸੇ ਦੀ ਕੋਈ ਕਮੀ ਨਹੀਂ, ਜਿੰਨੇ ਪੈਸੇ ਚਾਹੀਦੇ ਮੈਂ ਦਊਂਗਾ। ਕੈਪਟਨ ਸਾਹਿਬ ਸਟੇਜਾਂ ਤੋਂ ਉੱਤੇ ਨੇ, ਮੇਰੀ ਗੱਲ ਸੁਣ ਲਓ, ਐਕੁਜੀਸ਼ਨ ਵਾਸਤੇ ਪੈਸਾ ਨਹੀਂ ਆਇਆ। ਇਹਦਾ ਮਤਲਬ ਹੈ ਮਨਮੋਹਨ ਸਿੰਘ ਬਾਕੀ ਕੰਮਾਂ ਵਾਸਤੇ ਆਪਾਂ ਦਿੱਲੀ ਜਾ ਸਕਦੇ, ਇਸ ਕੰਮ ਵਾਸਤੇ ਆਪਾਂ ਨੂੰ ਰਾਹ ਨਹੀਂ ਆਉਂਦਾ। ਹੁਣ ਮੇਰੀ ਗੱਲ ਸੁਣ ਲਓ, ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਪੰਜਾਬ ਦਾ, ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਦਾ, ਤੇ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੜਾ ਕਰਨ ਚ ਅਸਫਲ ਰਹੇ ਨੇ, ਤੇ ਜੇ ਮਨਮੋਹਨ ਸਿੰਘ ਹੁੰਦਾ ਤੇ ਉਹਨਾਂ ਨੇ ਬਣਾ ਦੇਣਾ। ਤੁਸੀਂ ਆਪਣੀ ਗੱਲ ਰੱਖੋ, ਵਿੱਚ ਨਾ ਬੋਲੋ ਜੀ। ਪਹਿਲੀ ਗੱਲ ਤਾਂ ਇਹ ਵੀ ਇਹਨਾਂ ਨੇ ਇੰਨਾ ਅੰਡਰ ਐਸਟੀਮੇਟ ਕਰਦੇ ਨੇ ਦੋਨੋਂ ਪਾਰਟੀਆਂ, ਤਿੰਨੋਂ ਪਾਰਟੀਆਂ ਕਹਿ ਲਓ ਵੀ ਦੋਨੋਂ ਪਾਰਟੀਆਂ ਕਹਿ ਲਓ ਭਾਈਵਾਲ ਵੀ ਆ। ਇਹ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਸੀ, ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਦਾ ਆਧਾਰ ਹੀ ਹੈ ਨਹੀਂ, ਇੱਕ ਪਾਸੇ 100 ਸੀਟ ਦੀ ਗੱਲ ਚੱਲ ਰਹੀ, ਚਲੋ ਵੱਖਰੀ ਗੱਲ ਆ ਵੀ ਕੁਝ ਗਲਤੀਆਂ ਹੋਈਆਂ ਤੇ ਸੁੰਗੜ ਕੇ ਵੀ ਰਹਿ ਗਿਆ ਸੁੰਗੜ ਗਿਆ, ਪਰ ਗੱਲ ਹੈਗੀ ਆ ਵੀ ਇਹ ਉਦੋਂ ਵੀ ਅੰਡਰ ਐਸਟੀਮੇਟ ਕਰਦੇ ਸੀ। ਅੱਜ ਵੀ ਜਿਹੜਾ ਗਠਬੰਧਨ ਆ ਉਹਨੂੰ ਮਹਾਂ ਕਹੋ ਜਾਂ ਗਠਬੰਧਨ ਕਹੋ, ਉਹਦੇ ਵਿੱਚ ਬਹੁਤ ਤੇਜ਼ੀ ਨਾਲ ਲੋਕ ਬਦਲਾਅ ਚਾਹੁੰਦੇ ਨੇ ਦੋਵਾਂ ਪਾਰਟੀਆਂ ਦਾ, ਜੋ ਪਿਛਲੇ ਆਹ 2.5 ਸਾਲ ਤੋਂ 3 ਸਾਲ ਤੋਂ ਜੋ ਵੀ ਉਹ ਸਾਹਮਣੇ ਆ, ਅਤੇ 10 ਸਾਲਾਂ ਦਾ ਅਕਾਲੀ ਦਲ ਅਤੇ ਭਾਜਪਾ ਦਾ ਉਹ ਵੀ ਸਾਹਮਣੇ ਆ। ਉਹਦੇ 'ਚ ਇੱਕ ਜਿਹੜੀ ਆ ਗੱਲ ਪਿੱਛੇ ਆਪਾਂ ਕਰ ਰਹੇ ਹਾਂ, ਖਡੂਰ ਸਾਹਿਬ ਦੀ ਟਿਕਟ ਵੀ ਬੀਬੀ ਪਰਮਜੀਤ ਕੌਰ ਖਾਲੜਾ ਉਹਨੂੰ ਵੀ ਦਿੱਤੀ ਸੁਖਪਾਲ ਖੇਰਾ ਉਹਨਾਂ ਦੀ ਟੀਮ ਨੇ। ਪੰਜਾਬ ਇੱਕ ਤਾਂ ਪਾਰਟੀ ਦੀ ਇੱਕ ਤੀਜੀ ਟਿਕਟ ਆ, ਕਿਉਂਕਿ ਇਹ ਕਈ ਜਾਣ ਵੀ ਲੈ ਉਹ ਤਾਂ ਦੋ ਦੀ ਲੜ ਰਹੇ, ਉਹਨਾਂ ਦੇ ਆਧਾਰ ਕੀ ਆ ਦੂਜਾ ਜਿਹੜਾ ਗਠਬੰਧਨ ਬਣਿਆ, ਗਠਬੰਧਨ ਤਿੰਨ ਪੰਜਾਬੀ ਏਕਤਾ ਪਾਰਟੀ, ਤਿੰਨ ਸੁਖਪਾਲ ਖੇਰਾ ਨੂੰ, ਤਿੰਨ ਬਸਪਾ ਨੂੰ, 9 ਹੋ ਗਈਆਂ, ਇੱਕ ਸੀਟ ਚਲੀ ਗਈ ਜੀ ਸੀਪੀਆਈ ਲਈ ਖਾਲੀ ਛੱਡੀ ਹੈ, ਇੱਕ ਸੀਟ ਉਹਨਾਂ ਨੂੰ ਜਾ ਰਹੀ, ਡਾਕਟਰ ਧਰਮਵੀਰ ਗਾਂਧੀ ਨੂੰ ਚਲੀ ਗਈ ਜੀ, ਇੱਕ ਸੀਟ ਉਹਨਾਂ ਨੂੰ ਵੀ ਜਾ ਰਹੀ ਆ ਜਿਹੜਾ ਸੀਪੀਐਮ ਦੇ ਵਿੱਚੋਂ ਅਲੱਗ ਹੋ ਕੇ ਪਾਸਲਾ ਗਰੁੱਪ ਹੈ। ਚਲੋ ਠੀਕ ਹੈ, ਉਹਨਾਂ ਨੂੰ ਇੱਕ ਸੀਟ ਜਾ ਰਹੀ ਆ, ਇਹਦਾ ਮਤਲਬ ਵੱਡੀਆਂ ਕੌਮੀ ਪਾਰਟੀਆਂ ਵੀ ਤੁਹਾਡੇ ਗਠਬੰਧਨ ਚ ਆ ਰਹੀਆਂ ਨੇ, ਪਾਰਟੀਆਂ ਨਾਲ ਨੇ ਜੀ, ਔਰ ਇਹ ਜਿੰਨਾ ਮਰਜ਼ੀ ਇਹ ਕਰੀ ਜਾਣਾ ਐਸਟੀਮੇਟ ਪਤਾ ਦਾ ਰਿਜ਼ਲਟ ਦੇ ਲੱਗਣਾ ਵੀ ਇਹ ਕਿੱਥੋਂ ਸਰ ਜਿਹਨੂੰ ਸੀ ਵਿੱਚ ਨਾ ਬੋਲੋ ਜੀ। ਹਾਂ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਵੀ ਪੰਜ ਛੇ ਸੀਟਾਂ ਪੱਕੀਆਂ ਨੇ, ਹੁਣ 13 ਦੇ ਸਾਰੇ 13 ਦੇ ਆਪਣੇ ਬੰਦੇ ਖੜੇ ਕਰ ਰਹੇ ਆ ਫਿਰੋਜ਼ਪੁਰ ਛੱਡ ਕੇ ਜੀ ਜੀ ਹਾਂਜੀ। ਚਲੋ ਇੱਕ ਅਨਾਊਂਸ ਹੋ ਜੂ ਸੀਪੀਆਈ ਦੀ ਆਓ ਜੀ, ਹਾਂ ਸੀਪੀਆਈ ਪਾਸਲਾ ਗਰੁੱਪ, ਸੀਪੀਆਈ ਇੱਕ ਪਾਸਲਾ ਨੂੰ ਜਾ ਰਹੀ ਸੀ ਜਲੰਧਰ ਤੋਂ ਜਾਂ ਕਿੱਥੋਂ ਜਾ ਰਹੀ ਆ ਜੀ, ਤੋ ਦੇਖੋ ਇਹ ਜਿਹੜਾ ਨਾ ਜਿਹੜਾ ਅੰਡਰ ਐਸਟੀਮੇਟ ਕਰਨਾ ਇਹ ਵੀ ਗਲਤ ਆ। ਦੂਜੀ ਗੱਲ ਇਹ ਵੀ ਇਹ ਗੱਲ ਬਿਲਕੁਲ ਸਹੀ ਆ ਵੀ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਕਰੋੜਾਂ ਨਹੀਂ ਮੈਂ ਕਹਿੰਦਾ ਅਰਬਾਂ ਰੁਪਈਏ ਆਏ ਪੰਜਾਬ ਨੂੰ, ਫਿਰ ਪੰਜਾਬ ਦੇ ਵਿੱਚ ਬਾਦਲ ਸਰਕਾਰ ਕੀ ਕਹਿੰਦੀ ਸੀ, ਲੋ ਸਾਡੇ ਨਾਲ ਵਿਤਕਰਾ ਕਰ ਰਹੇ ਆ, ਸਾਨੂੰ ਕੁਝ ਦੇ ਨਹੀਂ ਰਿਹਾ, ਸਾਡੇ ਨਾਲ ਵਿਤਕਰਾ ਕਰ ਰਹੇ ਆ, ਹਾਲ ਹਾਲ ਕਰਦੇ ਸੀਗੇ। ਉਦੋਂ ਪੈਸਾ ਬਹੁਤ ਆਇਆ ਇੱਥੋਂ, ਜਿੰਨੇ ਪੁੱਲ ਬਣੇ ਨੇ ਚਾਹੇ ਇਹ ਕਹਿਣ ਜੇਬ ਤੋਂ ਨਹੀਂ ਦਿੰਦੇ, ਜੇਬ ਤੋਂ ਕੌਣ ਦਿੰਦਾ? ਲਾਂਘੇ ਦੀ ਗੱਲ ਆ, ਇਹ ਸਾਂਝਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਆ ਸਾਰੀ ਦੁਨੀਆ ਵਿਸ਼ਵ ਵਿੱਚ ਮੰਨਦੇ ਆ ਗੁਰੂ ਨਾਨਕ ਸਾਹਿਬ ਨੂੰ, ਉਸ ਲਾਂਘੇ ਨੂੰ ਸਾਰੀਆਂ ਪਾਰਟੀਆਂ ਨੂੰ ਅਜੇ ਤੱਕ ਸਰਵੇ ਨਹੀਂ ਪੂਰਾ ਹੋਇਆ ਉੱਥੇ,
ਬੇਨਤੀ ਵੀ ਕਰਦਾ ਵੀ ਵਿਸ਼ਵ ਦੇ ਲੋਕ ਜਿਹੜੇ ਬਾਹਰ ਸਾਰੇ ਵਰਲਡ ਦੇ ਵਿੱਚ ਚਾਹੇ ਉਹ ਹਿੰਦੂ ਨੇ ਸਿੱਖ ਨੇ ਫਿਰ ਕਹਿੰਦੇ ਸਿੱਧੂ ਨੇ ਜੱਫੀ ਕਿਉਂ ਪਾਈ ਚਲੋ ਸਿੱਧੂ ਦੀ ਜੱਫੀ ਦਾ ਨਰਿੰਦਰ ਮੋਦੀ ਨੇ ਜਾ ਕੇ ਉੱਥੇ ਮੈਂ ਗਿੱਲ ਸਾਹਿਬ ਦੀ ਟਿੱਪਣੀ ਲਾ ਹਾਂਜੀ ਗਿੱਲ ਸਾਹਿਬ ਗੱਲ ਇਹ ਹੈ ਇੱਕ ਗੱਲ ਹੈ ਮੈਂ ਤੁਸੀਂ ਨਾ ਬਦਨਾਮ ਨਾ ਕਰੋ ਸਾਡੀ ਸਰਕਾਰ ਨੂੰ ਸੈਂਟਰ ਵਾਲੀ ਨੂੰ ਨਹੀਂ ਸਰਕਾਰ ਨੂੰ ਬਦਨਾਮ ਸਰਕਾਰ ਕਰਦੀ ਥੋੜੀ ਹੈ ਨਹੀਂ ਲੋਕਾਂ ਦੀ ਸਰਕਾਰ ਮੇਰੀ ਸੁਣ ਲਓ ਮੇਰੀ ਸੁਣ ਲਓ ਚਾਹੇ ਸਾਰੇ ਲੋਕਾਂ ਦੀ ਸਵਾਲ ਪੁੱਛਣਾ ਹੱਕ ਹੈ ਸਰਕਾਰ ਮੈਂ ਪਾਰਟੀ ਦੀ ਕਿਹਾ ਨਾ ਕਿ ਲੋਕਾਂ ਸਰਕਾਰਾਂ ਦੁੱਧ ਦੀਆਂ ਧੋਤੀਆਂ ਨਹੀਂ ਹੁੰਦੀਆਂ ਮੈਂ ਸਾਫ ਕਰ ਦਵਾਂ ਉਸ ਤੋਂ ਬਾਅਦ ਤੁਸੀਂ ਇਲਜ਼ਾਮ ਲਾ ਲਓ ਜੀ ਗੱਲ ਇਹ ਹੈ ਦੋਨਾਂ ਸਰਕਾਰਾਂ ਦੇ ਵਿੱਚ ਕੰਮਾਂ ਦੀ ਵੰਡ ਹੋਈ ਹੋਈ ਹੈ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਸੈਂਟਰ ਸਰਕਾਰ ਨੇ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈਗਾ ਪੈਸੇ ਦੇਣੇ ਆ ਸੈਂਟਰ ਸਰਕਾਰ ਦੋਨੇ ਸਰਕਾਰਾਂ ਫੇਲ ਹੋਈਆਂ ਜੀ ਕੈਪਟਨ ਦੀ ਵੀ ਫੇਲ ਹੋਈ ਹੈ ਮੋਦੀ ਦੀ ਵੀ ਫੇਲ ਹੋਈ ਹੈ ਦੋਨੇ ਸਰਕਾਰਾਂ ਫੇਲ ਹੋਈਆਂ ਹੁਣ ਦੱਸੋ ਮੈਂ ਕਿੱਥੇ ਗਲਤ ਦੋਨੇ ਸਰਕਾਰਾਂ ਫੇਲ ਹੋਈਆਂ ਸੈਂਟਰ ਦੇ ਨਹੀਂ ਪਹਿਲਾਂ ਪਹਿਲਾਂ ਕੀ ਦਾ ਹੁਣ ਤੁਸੀਂ ਇਹ ਦੱਸ ਸਕਦੇ ਹੋ ਵੀ ਘੱਟ ਕੌਣ ਫੇਲ ਹੋਇਆ ਵੱਧ ਕੌਣ ਵੱਧ ਇਹਨਾਂ ਦਾ ਕਿਉਂ ਘੱਟ ਤੁਸੀਂ ਹੋਏ ਪਹਿਲਾਂ ਨਹੀਂ ਕਿਉਂ ਕਿਉਂ ਕਿਉਂਕਿ ਜਿਹੜਾ ਤੁਸੀਂ ਸਰਵੇ ਦੀ ਗੱਲ ਕੀਤੀ ਆ ਜਾਂ ਸੜਕ ਬਣਾਉਣੀ ਆ ਜਾਂ ਉਹਦੇ ਲਈ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਜੱਟਾਂ ਦੀ ਉਹ ਕਰਨੀ ਗਿੱਲ ਸਾਹਿਬ ਮੇਰਾ ਸਵਾਲ ਇਹ ਹੈ ਕਿ ਤੁਸੀਂ ਰੈਲੀ ਕੀਤੀ ਧੰਨਵਾਦ ਰੈਲੀ ਕੀਤੀ ਕਹਿੰਦੇ ਦੱਸੋ ਹੋਰ ਕੀ ਚਾਹੀਦਾ ਚੋਣਾਂ ਤੋਂ ਪਹਿਲਾਂ ਲਾਂਘਾ ਬਣ ਉਹ ਸੂਬਾ ਸਰਕਾਰ ਐਕਵਾਇਰ ਕਰਕੇ ਦੇਵੇ ਸੈਂਟਰ ਸਰਕਾਰ ਤੋਂ ਹਫਤੇ ਬਾਅਦ ਪੈਸੇ ਮੰਗ ਲਵੇ ਜੀ ਮੈਂ ਦੱਸਦਾ ਮੰਗ ਲਵੇ ਪੈਸੇ ਸੂਬਾ ਸਰਕਾਰ ਕੇਂਦਰ ਸਰਕਾਰ ਜੇ ਚਾਹੇ ਐਡਵਾਂਸ ਪੈਸੇ ਭੇਜ ਸਕਦੇ ਉਹ ਨਹੀਂ ਜਿਹੜਾ ਨਾ ਨਾ ਕਿੰਨੇ ਕਿਉਂ ਕਿਉਂ ਪਹਿਲਾਂ ਇਹ ਲਾਂਘੇ ਲਈ ਨਾ 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 550 ਗੁਰਪੁਰਬ ਮਨਾਉਣਾ ਸੁਣ ਲਓ ਜੀ ਦੇਖੋ ਜੇ ਕੈਪਟਨ ਦੀ ਸੁਣ ਲਓ ਉਹ ਸੱਚਾ ਲੱਗਦਾ ਉਹ ਕਹਿੰਦਾ ਮੋਦੀ ਸਾਹਿਬ ਨੇ ਨਹੀਂ ਭੇਜੇ ਰਹਿਣ ਦਿਓ ਜੀ ਦੋਵੇਂ ਇੱਕੋ ਜਿਹੇ ਹੋ ਇੱਕੋ ਜਿਹੇ ਨਹੀਂ ਸੁਣਨੀ ਨਹੀਂ ਸੁਣਨੀ ਇਹ ਪਾ ਗਿਆ ਇੱਕ ਦੂਜੇ ਦੇ ਉਂਗਲਾਂ ਛੱਡਣ ਦੀ ਚੁੱਪੇ ਦੀ ਬਜਾਏ ਜੇ ਤੁਸੀਂ ਆਪਣੇ ਆਪ ਰਿਜ਼ਲਟ ਕੱਢੇ ਹੋਇਆ ਫਿਰ ਤਾਂ ਸਾਡਾ ਜਵਾਬ ਦੇਣ ਦਾ ਕੋਈ ਮਤਲਬ ਨਹੀਂ ਇਮਾਨਦਾਰੀ ਨਾਲ ਅਗਰ ਅਸਲ ਮੁੱਦਾ ਇਹ ਅਗਲਾ ਪੁਆਇੰਟ ਲੈਣੇ ਬਹੁਤ ਹੋ ਗਿਆ ਅਗਲਾ ਪੁਆਇੰਟ ਲੈਣੇ ਅਸਲ ਮੁੱਦਾ ਇਹ ਆ ਕਿ ਸੂਬੇ ਦੀ ਸਰਕਾਰ ਨੇ ਐਕਵਾਇਰ ਕਰਨਾ ਐਕਵਾਇਰ ਕਰਕੇ ਦੱਸਣਾ ਕਿ ਕਿੰਨਾ ਏਰੀਆ ਰੇਟ ਕੀ ਫਿਕਸ ਕੀਤਾ ਡਾਇਰੈਕਟਰ ਔਰ ਕਲੈਕਟਰ ਨੇ ਇਹ ਸਾਰਾ ਕੁਝ ਕਰਕੇ ਰੁਪਈਏ ਦੱਸਣੇ ਆ ਕਿੰਨੇ ਵਾਂਗ ਉਸ ਤੋਂ ਬਾਅਦ ਮੰਗਣ ਉਹਨਾਂ ਚਿਰ ਤੱਕ ਮੂੰਹ ਨਹੀਂ ਕਰ ਸਕਦੇ ਜੀ ਚਲੋ ਹੁਣ ਇਹ ਦੱਸ ਦਿਓ ਕਿ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਅਨਾਊਂਸਮੈਂਟ ਕਰਤੇ ਅਕਾਲੀ ਦਲ ਤੇ ਕਾਂਗਰਸ ਹਲੇ ਵੀ ਪਿਛੜਿਆ ਗਠਬੰਧਨ ਤੋਂ ਤਾਂ ਪਿਛੜ ਗਏ 65 ਦਿਨ ਕਦੋਂ ਕਰੋਗੇ ਆਪਦੇ ਮੂੰਹੋਂ ਦੱਸਿਆ ਕਿ 65 ਦਿਨ ਨਹੀਂ ਦਿਨ ਤਾਂ ਪਏ ਨੇ ਪਰ ਉਹ ਪਹਿਲਾਂ ਕਰਕੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹ ਗਠਬੰਧਨ ਬਣਨਾ ਹੀ ਨਹੀਂ ਨਹੀਂ ਗਠਬੰਧਨ ਬਣਨ ਵਾਲੇ ਇਕੱਲੇ ਗਠਬੰਧਨ ਬਣਨ ਨਾਲ ਨਹੀਂ ਮੈਂ ਗੱਲ ਫਿਰ ਬਾਰ ਬਾਰ ਉਹੀ ਕਰ ਰਹੇ ਹਾਂ ਵੋਟਾਂ ਪਾਉਣੀਆਂ ਇਹ ਲੋਕਾਂ ਨੇ ਲੋਕ ਇਹਨਾਂ ਦੇ ਨਾਲ ਹੈ ਕਿੱਥੇ ਨੇ ਚਲੋ ਚਲੋ ਆਖਰੀ ਟਿੱਪਣੀ ਜੀ ਆਖਰੀ ਟਿੱਪਣੀ ਗਠਬੰਧਨ ਕਿੱਡੀ ਵੱਡੀ ਚੁਣੌਤੀ ਹੈ ਗਠਬੰਧਨ ਕਿੱਡੀ ਵੱਡੀ ਚੁਣੌਤੀ ਹੈ 5 ਪਾਰਟੀਆਂ ਹੋ ਗਈਆਂ CPI ਵੀ ਆ ਗਈ ਕਾਮਰੇਡ ਵੀ ਪੰਜਾਬ ਦੇ ਨਾਲ ਆ ਗਈ ਡੱਲਾ ਜੀ ਲੋਕਤੰਤਰ ਹੈ ਮੈਂ ਫਿਰ ਉਹੀ ਗੱਲ ਕਹਿਣਾ ਭਾਵੇਂ ਪੰਜਾਬ 'ਚ ਕੋਈ ਆਜ਼ਾਦ ਉਮੀਦਵਾਰ ਹੈ ਭਾਵੇਂ ਕਿਸੇ ਪਾਰਟੀ ਦਾ ਇੱਕ ਨਾਗਰਿਕ ਚੋਣ ਮੈਦਾਨ 'ਚ ਤਾਂ ਆਇਆ ਕਾਂਗਰਸ ਪਾਰਟੀ ਪੰਜਾਬ ਦੇ ਹਰ ਵੋਟਰ ਦਾ ਹਰ ਆਗੂ ਦਾ ਹਰ ਕੈਂਡੀਡੇਟ ਦਾ ਸਤਿਕਾਰ ਕਰਦੀ ਹੈ ਲੇਕਿਨ ਗੱਲ ਇਹ ਹੈ ਕਿ ਜਦੋਂ ਲੋਕਾਂ ਦੀ ਅਦਾਲਤ ਜਾਣਾ ਆਪਣੇ ਤੱਥਾਂ 'ਤੇ ਆਪਣੀਆਂ ਪੋਲਸੀਆਂ 'ਤੇ ਅਤੇ ਆਪਣੇ ਪ੍ਰੋਜੈਕਟ ਨੂੰ ਲੈ ਕੇ ਜਾਵੇ ਕਿ ਜਦੋਂ ਚੋਣ ਜਿੱਤ ਕੇ ਆਉਣਾ ਕੀ ਕਰਨਾ ਲੋਕ ਉਹਦਾ ਫੈਸਲਾ ਕਰਨਗੇ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ 'ਤੇ ਔਰ ਲੋਕਾਂ ਦੀ ਭਲਾਈ ਲਈ ਪੰਜਾਬ ਦੇ ਵਿਕਾਸ ਲਈ ਦੇਸ਼ ਦੇ ਵਿਕਾਸ ਲਈ ਆਪਣੀ ਪੋਲਸੀਆਂ ਨੂੰ ਲੈ ਕੇ ਆਖਰੀ ਟਿੱਪਣੀ ਸੱਚਾਈ ਦੀ ਮੂਰਤ ਦੇਖ ਲਓ ਮੈਂ ਬਸ ਆਖਰੀ ਟਿੱਪਣੀ ਲੈ ਰਿਹਾ ਗਠਬੰਧਨ ਆਪਣੇ ਆਪ ਨੂੰ ਅੱਜ ਜਦੋਂ 70 ਕੁ ਦਿਨ ਪਏ ਨੇ ਕਿੱਥੇ ਦੇਖਦਾ ਮੁਕਾਬਲੇ 'ਚੋਂ ਬਿਲਕੁਲ ਜੀ ਮੁਕਾਬਲੇ 'ਚ ਔਰ ਇਹ ਮਤਲਬ ਇੱਕ ਸਧਾਰਨ ਗੱਲ ਨਹੀਂ ਮੇਰੇ ਹਿਸਾਬ ਨਾਲ ਬੜੀ ਮਜ਼ਬੂਤੀ ਨਾਲ ਉਹ ਜਿਹੜਾ ਬਣਿਆ ਇਮਾਨਦਾਰੀ ਨਾਲ ਬਣਿਆ ਕਿਉਂਕਿ ਜਿਹੜੇ ਟਕਸਾਲੀ ਆਗੂ ਆ ਜੇ ਉਹ ਇਮਾਨਦਾਰੀ ਨਾਲ ਚੱਲਦੇ ਆਪਣੀ ਉਹਦੀ ਮਰਿਆਦਾ ਨਾ ਤੋੜਦੇ ਦੋ ਸੀਟਾਂ ਨਾ ਅਨਾਊਂਸ ਕਰਦੇ ਅਤੇ ਟਕਸਾਲੀਆਂ ਨੂੰ ਇਹਨਾਂ ਨੇ ਕਿਹਾ ਸੀ ਵੀ ਚਲੋ ਜੋ ਵੀ ਆ ਜੋ ਪੰਜਾਬ ਦੇ ਹਿੱਤ ਦੀ ਗੱਲ ਕਰਦਾ
ਜਾਂ ਜੋ ਹੁਣ ਤੱਕ ਮਤਲਬ ਜੋ ਵੀ ਹੋਏ ਨੇ ਕਾਂਡ ਬਾਈਬਲ ਕਾਂਡ ਆ, ਉਹਨਾਂ ਦੇ ਖਿਲਾਫ ਮਤਲਬ ਆਵਾਜ਼ ਚੁੱਕਦੇ ਆ, ਭਾਵੇਂ ਦੇਰ ਸਵੇਰ ਹੀ ਸਹੀ, ਪਰ ਚਲੋ ਘੱਟੋ ਚਲੋ ਟਕਸਾਲੀ ਥੋੜੀ ਨਜ਼ਰ 'ਚ ਗਲਤੀ ਕਰ ਗਏ। ਆਖਰੀ ਟਿੱਪਣੀ ਦੀ ਕੀ ਕਹਿਣਾ ਚਾਹੁੰਦੇ ਹੋ? ਦੋ ਸ਼ਬਦਾਂ 'ਚ ਬਸ, ਜ਼ਿਆਦਾ ਵਿਸਥਾਰ 'ਚ ਨਹੀਂ ਜਾਣਾ, ਦੋ ਸ਼ਬਦ ਦੱਸ ਦਿੱਤਾ ਜੀ। ਗਲਤੀ ਕਰ ਗਏ ਨੇ, ਦੋ ਅਨਾਊਂਸ ਕਰ ਗਏ ਨੇ, ਇੱਕ ਤਾਂ ਪਿੰਡ ਵਸਿਆ ਨਹੀਂ ਉਹ ਚੱਕੇ, ਪਹਿਲਾਂ ਹੀ ਇਹਨਾਂ ਦਾ ਇਹ ਹਾਲ ਆ, ਸਿਰਫ ਟਵਲਾਂ ਨੇ ਗਾਹ ਕੀ ਹੋਣਾ, ਤੁਹਾਨੂੰ ਸਾਹਮਣੇ ਆ ਜਾਣਾ। ਚਲੋ ਵੈਸੇ ਬੀਜੇਪੀ ਪੰਜਾਬ ਡੈਮੋਕਰੇਟਿਕ ਅਲਾਇੰਸ ਕਿੱਥੇ ਨੁਕਰੇ? ਚਲੋ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ, ਸੋ ਸਾਰੇ ਪੁਆਇੰਟ ਅਸੀਂ ਡਿਸਕਸ ਕੀਤੇ ਨੇ, ਵਕਤ ਦੀ ਥੋੜ੍ਹੀ ਜਿਹੀ ਕਮੀ ਹੈ, ਔਰ ਇੱਕ ਅਹਿਮ ਜਾਣਕਾਰੀ ਜਿਹੜੀ ਆ ਉਹ ਸਾਰੇ ਦਰਸ਼ਕਾਂ ਨਾਲ ਸਾਂਝੀ ਕਰ ਲਈਏ। ਬਹੁਤ ਜਲਦ ਮੈਂ ਦੋ ਪ੍ਰੋਗਰਾਮ ਹੋਰ ਨਵੇਂ ਸ਼ੁਰੂ ਕਰਨ ਜਾ ਰਿਹਾ। ਇੱਕ ਪ੍ਰੋਗਰਾਮ ਹੈ ਸਾਡਾ ਲੋਕਤੰਤਰ 2019, ਇਹ ਚੋਣਾਂ ਦੇ ਉੱਤੇ ਖਾਸ ਪ੍ਰੋਗਰਾਮ ਹੋਏਗਾ, ਔਰ ਇਹਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਦੇਸ਼ ਭਰ ਦੀਆਂ ਚੋਣਾਂ ਦਾ, ਔਰ ਖਾਸ ਤੌਰ 'ਤੇ ਪੰਜਾਬ ਦੇ ਚੋਣਾਂ ਦੇ ਵਿਸ਼ਲੇਸ਼ਣ ਹੋਇਆ ਕਰਨਗੇ। ਪੈਨਲ ਡਿਸਕਸ਼ਨ ਦੇ ਰੂਪ ਦੇ ਵਿੱਚ ਇਹ ਪ੍ਰੋਗਰਾਮ ਵੀ ਚੱਲੇਗਾ, ਤੁਸੀਂ ਸਾਡੇ ਜਿਹੜੇ ਭਾਰਤ 'ਚ ਨੇ ਉਹ ਸਾਡੇ ਯੂਟਿਊਬ ਚੈਨਲ 'ਤੇ ਇਸ ਸ਼ੋਅ ਨੂੰ ਦੇਖ ਸਕਦੇ ਨੇ। ਯੂਟਿਊਬ ਚੈਨਲ ਸਾਡਾ E9 ਪੰਜਾਬੀ ਦਾ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਔਰ ਦੁਨੀਆਂ ਦੇ ਬਾਕੀ ਸਾਰੇ ਮੁਲਕਾਂ 'ਚ ਜਿਹੜੇ ਸਾਡੇ ਦਰਸ਼ਕ ਬੈਠੇ ਨੇ ਉਹ ਪਹਿਲਾਂ ਦੀ ਤਰ੍ਹਾਂ E9 ਪੰਜਾਬੀ 'ਤੇ, ਔਰ ਚੈਨਲ Y 'ਤੇ, ਸਾਊਥ ਏਸ਼ੀਅਨ ਨੈਟਵਰਕ ਕੈਨੇਡਾ ਔਰ ਕਈ ਹੋਰ ਚੈਨਲ ਨੇ, ਉਹਨਾਂ ਸਾਰਿਆਂ 'ਤੇ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹ ਜ਼ਰੂਰ ਦੇਖ ਸਕਣਗੇ। ਕੋਈ ਵੀ ਸੁਝਾਅ ਹੋਵੇ ਹਮੇਸ਼ਾ ਦੀ ਤਰ੍ਹਾਂ ਤੁਸੀਂ ਮੇਰੇ ਟੈਲੀਫੋਨ ਨੰਬਰ 'ਤੇ ਭੇਜ ਸਕਦੇ ਹੋ, ਜਿਹੜਾ ਕਿ ਸਾਡੇ ਯੂਟਿਊਬ ਚੈਨਲ ਦੇ ਵਿੱਚ ਮੇਰਾ ਟੈਲੀਫੋਨ ਨੰਬਰ ਦਿੱਤਾ ਹੋਇਆ। ਔਰ ਦੂਸਰਾ ਸਾਡਾ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਰਿਹਾ ਹੈ ਉਹ ਹੈ ਪਿੰਡ ਪਿੰਡ ਸੁਰਿੰਦਰ ਡੱਲਾ। ਅਸੀਂ 94 ਪਿੰਡਾਂ ਦੇ ਵਿੱਚ ਜਾਵਾਂਗੇ ਚੋਣਾਂ ਤੋਂ ਪਹਿਲਾਂ, ਔਰ ਇੱਕ ਮਹੀਨੇ ਬਾਅਦ ਮੇਰਾ ਇਹ ਦੌਰਾ ਸ਼ੁਰੂ ਹੋਜੂਗਾ। ਸੋ ਇਕੱਲੇ ਇਕੱਲੇ ਪਿੰਡ 'ਤੇ, ਜ਼ਮੀਨ 'ਤੇ ਆਮ ਲੋਕਾਂ ਦਾ ਕੀ ਕਹਿਣਾ, ਇਹ ਸਾਡਾ ਪ੍ਰੋਗਰਾਮ ਹੋਏਗਾ ਪਿੰਡ ਪਿੰਡ ਸੁਰਿੰਦਰ ਡੱਲਾ, ਇਹ ਵੀ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਾਂਗੇ। ਫਿਲਹਾਲ ਸਾਰੇ ਮਹਿਮਾਨਾਂ ਦਾ ਧੰਨਵਾਦ, ਸਾਰਿਆਂ ਨੇ ਵਕਤ ਕੱਢਿਆ, ਸਾਰੇ ਪੁਆਇੰਟਸ 'ਤੇ ਗੱਲ ਕੀਤੀ, ਬਹੁਤ ਧੰਨਵਾਦ ਜੀ।